ਸਾਸਿਕਾਲ ਆਈਵਲ ਟੀਵੀ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਜ ਜਸਪਾਲ ਮਾਨ ਤੇ ਤੁਸੀਂ ਦੇਖ ਰਹੇ ਹੋ ਸਪੈਸ਼ਲ ਐਪੀਸੋਡ ਤਾਂ ਅੱਜ ਦੇ ਐਪੀਸੋਡ ਦੇ ਵਿੱਚ ਗੈਸਟ ਵੀ ਸਪੈਸ਼ਲ ਨੇ ਨਵਜੋਤ ਕੁਰ ਲੰਬੀ ਮੈਂ ਬਾੜੀ ਲੰਬੀ ਭੂਮਿਕਾ ਦੇ ਵਿੱਚ ਨਹੀਂ ਜਾਂਦਾ ਉਹਨਾਂ ਦਾ ਸਵਾਗਤ ਕਰ ਲੈਨੇ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਖੋਲਦੇ ਆਗੇ ਕਿਤੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਤੇ ਸਿਆਸਤ ਨੂੰ ਲੈ ਕੇ ਵੀ ਤੇ ਕਲਾਕਾਰੀ ਨੂੰ ਲੈ ਕੇ ਵੀ ਤੇ ਇਸ ਤੋਂ ਇਲਾਵਾ ਜ਼ਿੰਦਗੀ ਦੇ ਵਿੱਚ ਕੀ ਕੁਝ ਚੱਲ ਰਿਹਾ ਤੇ ਹੋਰ ਬਹੁਤ ਸਾਰੇ ਮਸਲੇ ਉੱਤੇ ਵੀ ਗੱਲਬਾਤਾਂ ਕਰਾਂਗੇ ਨਵਜੋਤ ਸੱਸੀ ਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਬਹੁਤ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਆਈਵਾਲ ਟੀਵੀ ਦੇਖ ਰਹੇ ਸਾਰੇ ਹੀ ਸਤਿਕਾਰਯੋਗ ਵੀਰਾਂ ਪੈਨਾ ਨੂੰ ਨਿਮਰਤਾ ਸਹਿਤ ਸਾਥ ਸ੍ਰੀਕਾਲ ਤੁਸੀਂ ਸੁਣਾਓ ਬਾਈ ਜੀ ਠੀਕ ਹੈ ਹਾਂ ਵਧੀਆ ਵਧੀਆ ਠੀਕ ਠਾਕ ਗਾਣਾ ਕਿਵੇਂ ਰਿਹਾ ਤੁਹਾਡਾ ਜੀ ਬਹੁਤ ਵਧੀਆ ਬਹੁਤ ਵਧੀਆ ਰਿਸਪੌਂਸ ਪੰਜਾਬ ਦੀ ਆਵਾਮ ਨੇ ਸਾਥ ਦੇਣਗੇ ਕਿਉਂਕਿ ਫਸਟ ਟਾਈਮ ਸੀ ਕੋਈ ਜਿਆਦਾ ਪ੍ਰੋਜੈਕਟ ਨੋਲਿਜ ਵੀ ਨਹੀਂ ਸੀਗੀ ਤੇ ਸੋਰਸ ਵੀ ਨਹੀਂ ਸੀਗੇ ਉਹਨੂੰ ਹਿੱਟ ਕਰਨ ਦੇ ਲਈ ਪਰ ਲੋਕਾਂ ਨੇ ਆਪਣੇ ਆਪ ਲਾਈਕ ਕਮੈਂਟ ਸ਼ੇਅਰ ਕੀਤਾ ਰੀਲਸ ਬਣਾਈਆਂ ਔਰ ਇੰਸਟਾਗ੍ਰam ਤੇ ਗਾਣਾ ਹਲੇ ਤੱਕ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਸੋ ਮੈਂ ਸਾਰੀ ਹੀ ਪੰਜਾਬ ਦੀ ਆਬਾਦ ਦਾ ਜਿੰਨੇ ਵੀ ਪੰਜਾਬੀ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਚਲੋ ਵਧੀਆ ਗੱਲ ਹੈ ਜੀ ਤੇ ਗਾਣੇ ਨੂੰ ਲੈ ਕੇ ਵੈਸੇ ਹੁੰਦਾ ਇਹ ਆ ਕਿ ਵੀ ਕਲਾਕਾਰ ਸਿਆਸਤ ਚੋਂ ਦੇਖੇ ਕਿਤੇ ਨੇ ਸਿਆਸਤ ਛੱਡ ਕੇ ਕਲਾ ਕਰੀਏ ਬਸੇ ਕਿਵੇਂ ਇਹ ਕਿ ਚੱਕਰ ਬਣ ਗਿਆ ਜੀ ਬਿਲਕੁਲ ਮੈਨੂੰ ਬੜੇ ਜਾਣਿਆ ਨੇ ਲਿਖ ਕੇ ਵੀ ਪਾਇਆ ਕਿ ਹੁਣ ਤੱਕ ਜਿਨੇ ਵੀ ਕਲਾਕਾਰ ਸੀ ਬਹੁਤ ਵੇਖੇ ਨੇ ਸਿਆਸਤ ਜਾਂਦੇ ਪਰ ਫਸਟ ਟਾਈਮ ਹੋਇਆ ਕਿ ਕੋਈ ਵਿਅਕਤੀ ਪੋਲਿਟਿਕਸ ਨੂੰ ਛੱਡ ਕੇ ਸਿੰਗਿੰਗ ਲਾਈਨ ਦੇ ਵਿੱਚ ਆਇਆ ਅਸਲ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਸ਼ੌਂਕ ਤੇ ਇੱਕ ਫਰਜ਼ ਜਿਹੜੀ ਰਾਜਨੀਤੀ ਸੀਗੀ ਉਹ ਆਪਣਾ ਫਰਜ਼ ਸੀਗਾ ਜੋ ਵੀ ਉਸ ਵਕਤ ਪੰਜਾਬ ਦੀ ਸਥਿਤੀ ਸੀ ਭਾਵੇਂ ਮੈਂ ਸੀ ਭਾਵੇਂ ਤੁਸੀਂ ਸੀਗੇ ਬੇਸ਼ੱਕ ਤੁਹਾਡਾ ਪੇਸ਼ਾ ਪੱਤਰਕਾਰੀ ਹੈ ਪਰ ਤੁਸੀਂ ਵੀ ਇਸ ਚੀਜ਼ ਨੂੰ ਉਸ ਸਮੇਂ ਦੇ ਸਥਿਤੀਆਂ ਦੇ ਅਨੁਸਾਰ ਦੇਖਿਆ ਹਨਾ ਤੇ ਪਰ ਮੈਂ ਆਪਣੇ ਫਰਜ਼ ਦੇ ਲਈ ਆਪਣੇ ਸ਼ੌਂਕ ਨੂੰ ਵੀ ਪਿੱਛੇ ਨਹੀਂ ਛੱਡ ਸਕਦੀ ਸੀ ਸੋ ਮੇਰਾ ਸ਼ੌਂਕ ਸੀਗਾ ਸਿੰਗਿੰਗ ਕਰਨ ਦਾ ਮੈਂ ਸ਼ੁਰੂ ਤੋਂ ਸਕੂਲ ਟਾਈਮ ਤੋਂ ਕਰਦੀ ਆ ਰਹੀ ਸੀ ਸੋ ਹੁਣ ਮੈਨੂੰ ਲੱਗਿਆ ਕਿ ਉਹ ਮੌਕਾ ਆ ਗਿਆ ਮੈਂ ਲੋਕਾਂ ਦੇ ਸਾਹਮਣੇ ਆਪਣੀ ਸਿੰਗਿੰਗ ਨੂੰ ਲੈ ਕੇ ਜਾਵਾਂ ਤੇ ਬੜਾ ਵਧੀਆ ਰਿਸਪੌਂਸ ਲੋਕਾਂ ਨੇ ਦਿੱਤਾ ਬੜਾ ਪਿਆਰ ਦਿੱਤਾ ਤੇ ਮੈਂ ਬਹੁਤ ਪੋਜ਼ਿਟਿਵ ਵੀ ਸੀਗੀ ਆਪਣੇ ਇਸ ਫੀਡ ਨੂੰ ਲੈ ਕੇ ਕਿ ਲੋਕ ਜ਼ਰੂਰ ਸਾਥ ਦੇਣਗੇ ਕਿਉਂਕਿ ਜਦੋਂ ਤੁਸੀਂ ਸਿੱਖਿਆ ਹੁੰਦਾ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਤਾਂ ਜ਼ਰੂਰ ਤੁਹਾਡੀ ਮਿਹਨਤ ਦਿਖਦੀ ਹੈ ਇਹ ਫੇਰ ਪਹਿਲਾਂ ਕਿਵੇਂ ਪਹਿਲਾਂ ਇਹ ਲੱਗਦਾ ਸੀ ਕਿ ਹਲੇ ਵੇਟ ਕੀਤਾ ਜਾਵੇ ਗਾਣਾ ਗੂਣਾ ਕਰਨ ਤੋਂ ਜਾਂ ਇਸ ਤਰ੍ਹਾਂ ਮਤਲਬ ਕਮਰਸ਼ੀਅਲੀ ਥੋੜਾ ਹੋਂ ਤੋਂ ਗੁਰੇਜ਼ ਕੀਤਾ ਜਾਵੇ ਮਤਲਬ ਜਦੋਂ ਸਕੂਲ ਤੋਂ ਬਾਅਦ ਕਾਲਜ ਚਲੇ ਗਏ ਜੀ ਜੀ ਬਿਲਕੁਲ ਸਮੇਂ ਦੀ ਅਨੁਸਾਰ ਵੀ ਹੁੰਦਾ ਇੱਕ ਤਾਂ ਉਹਦੇ ਇਹ ਸੀ ਸਕੂਲ ਤੋਂ ਬਾਅਦ ਆਪਣੀ ਸਟੱਡੀ ਤੇ ਫੋਕਸ ਕਰਨਾ ਕਿਉਂਕਿ ਗ੍ਰੈਜੂਏਸ਼ਨ ਕਰਨੀ ਪੋਸਟ ਗ੍ਰੈਜੂਏਸ਼ਨ ਕਰਨੀ ਜ਼ਰੂਰੀ ਹੁੰਦੀ ਹੈ ਤੇ ਬਾਕੀ ਏਜ ਦਾ ਫੈਕਟਰ ਵੀ ਹੁੰਦਾ ਥੋੜਾ ਜਿਹਾ ਹੁੰਦਾ ਕਿ ਆਪਾਂ ਲਰਨਿੰਗ ਵੀ ਹੋਰ ਕਰ ਲਈਏ ਸਿੱਖ ਲਈਏ ਬਾਕੀ ਉਸ ਵਕਤ ਜਦੋਂ ਫੀਲਡ ਹੀ ਉਹ ਇੱਕ ਆਪਾਂ ਕੈਚ ਕਰ ਲਿਆ ਸੀਗਾ ਤਾਂ ਉਸ ਫੀਲਡ ਦੇ ਵਿੱਚ ਜਿੰਨੀ ਕੁ ਭੂਮਿਕਾ ਬੰਦੀ ਸੀ ਉਸ ਵਕਤ ਨਿਭਾਈ ਉਸ ਤੋਂ ਬਾਅਦ ਜਦੋਂ ਇਹ ਲੱਗਿਆ ਕਿ ਉਹ ਸਮਾਂ ਆ ਗਿਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਹੁਣ ਲੋਕਾਂ ਸਾਹਮਣੇ ਜਾਣਾ ਜ਼ਰੂਰੀ ਹੈ ਤੇ ਮੈਂ ਆਪਣੇ ਸ਼ੌਂਕ ਨੂੰ ਲੈ ਕੇ ਲੋਕਾਂ ਸਾਹਮਣੇ ਆਈ ਜੀ ਤੇ ਤੇ ਸਿਆਸਤ ਵਾਲੇ ਪਾਸੇ ਤੋਂ ਕੀ ਗੱਲ ਹੋਗੀ ਮਨ ਕਿਉਂ ਭਰ ਗਿਆ ਮਨ ਭਰ ਗਿਆ ਇੱਕ ਵਾਰੀ ਜਾਂ ਕੀ ਗੱਲ ਬਣੀ ਹੈ ਦੇਖੋ ਜਿਹੜੀ ਪੋਲਿਟਿਕਸ ਹੈ ਉਹ ਮੈਨੂੰ ਲੱਗਦਾ ਹੈ ਮਨ ਪਰਨ ਦੀ ਗੱਲ ਨਹੀਂ ਹਰ ਇੱਕ ਵਿਅਕਤੀ ਨੂੰ ਹੀ ਕਰਨੀ ਚਾਹੀਦੀ ਆ ਅਸੀਂ ਜਦੋਂ ਵੀ ਆਪਾਂ ਪੰਜਾਬ ਦੀ ਹੀ ਐਗਜ਼ਾਮਪਲ ਲੈ ਕੇ ਚੱਲਾਂਗੇ ਪੰਜਾਬ ਤੇ ਕਿਸੇ ਵੀ ਮੁੱਦੇ ਤੇ ਗੱਲ ਕਰਦੇ ਆ ਤਾਂ ਰਾਜਨੀਤੀ ਹੈ ਚਾਹੇ ਆਪਾਂ ਦੋਨੋਂ ਜਾਨੇ ਬੈਠ ਕੇ ਵਿਚਾਰ ਕਰ ਲਈਏ ਜਾਂ ਮੈਂ ਕਿਸੇ ਤੀਸਰੇ ਵਿਅਕਤੀ ਨਾਲ ਵਿਚਾਰ ਕਰਾਂ ਜਾਂ ਮੈਂ ਖੁਦ ਆਪਣੇ ਮਨ ਦੇ ਵਿੱਚ ਸੋਚ ਰਹੀ ਹਾਂ ਤਾਂ ਰਾਜਨੀਤੀ ਹੈ ਜੇਕਰ ਅੱਜ ਮੈਂ ਕਿਸਾਨੀ ਤੇ ਬੋਲਾਂਗੀ ਉਸ ਨੂੰ ਵੀ ਕਿਤੇ ਨਾ ਕਿਤੇ ਇਸ ਚੀਜ਼ ਨਾਲ ਹੀ ਜੋੜ ਕੇ ਦੇਖਿਆ ਜਾਏਗਾ ਕਿ ਰਾਜਨੀਤੀ ਕੀਤੀ ਜਾ ਰਹੀ ਆ ਅਸਲ ਦੇ ਵਿੱਚ ਪਹਿਲਾਂ ਤਾਂ ਮੈਨੂੰ ਜਿਹੜੀ ਚੀਜ਼ ਲੱਗਦੀ ਹੈ ਮੈਂ ਸਾਂਝੀ ਕਰਨਾ ਚਾਹਾਂਗੀ ਕਿ ਇਹਦਾ ਨਾਮ ਰਾਜਨੀਤੀ ਨਹੀਂ ਹੋਣਾ ਚਾਹੀਦਾ ਸੀਗਾ ਰਾਜਨੀਤੀ ਤੋਂ ਭਾਵ ਅੱਜ ਸਾਡੇ ਸਮਾਜ ਦੇ ਵਿੱਚ ਇਹ ਬਣ ਕੇ ਰਹਿ ਗਿਆ ਸਰਕਾਰਾਂ ਇਹ ਸੋਚਦੀਆਂ ਕਿ ਅਸੀਂ ਰਾਜ ਕਰਨ ਦੀਆਂ ਨੀਤੀਆਂ ਕਿਵੇਂ ਬਣਾਉਣੀਆਂ ਨੇ ਉਹ ਰਾਜ ਇੱਕ ਪੋਜ਼ਿਟਿਵ ਵੇ ਤੋਂ ਨਹੀਂ ਆ ਸਗੋਂ ਉਹ ਆਪਣੇ ਪੋਜ਼ਿਟਿਵ ਥਾਟ ਲੈ ਕੇ ਚੱਲਦੇ ਨੇ ਕਿ ਅਸੀਂ ਕੀ ਕੁਝ ਲੈ ਸਕਦੇ ਆ ਪੰਜਾਬ ਤੋਂ ਇਹ ਇੱਕ ਲੁੱਟ ਨੀਤੀ ਬਣ ਚੁੱਕੀ ਹੈ ਪਹਿਲਾਂ ਤਾਂ ਇਹਦਾ ਨਾਮ ਸੇਵਾ ਨੀਤੀ ਹੋਣਾ ਚਾਹੀਦਾ ਸੀਗਾ ਕਿ ਜਿਹੜੇ ਵੀ ਆਗੂ ਅਸੀਂ ਚੁਣਦੇ ਆਂ ਪੰਜਾਬ ਦੀ ਆਵਾਮ ਉਹ ਸਾਡੀ ਸੇਵਾ ਕਰਨ ਸਾਡੀਆਂ ਜੋ ਲੋੜਾਂ ਨੇ ਉਹਨਾਂ ਵੱਲ ਧਿਆਨ ਦੇਣ ਪਰ ਕਿਤੇ ਨਾ ਕਿਤੇ ਸਾਡੇ ਪੰਜਾਬ ਦੇ ਜਿੰਨੇ ਵੀ ਇਹ ਰਾਜਨੀਤਿਕ ਆਗੂ ਨੇ ਉਹ ਆਪਣੇ ਮਨਸ਼ਾ ਤੋਂ ਉਹਨਾਂ ਦੇ ਜੋ ਇਰਾਦੇ ਹੋਣੇ ਚਾਹੀਦੇ ਸੀ ਪੰਜਾਬ ਦੇ ਪ੍ਰਤੀ ਜਾਂ ਉਹਨਾਂ ਦੇ ਜੋ ਫਰਜ਼ ਹੋਣੇ ਚਾਹੀਦੇ ਸੀ ਉਹਨਾਂ ਨੂੰ ਭੁੱਲਦੇ ਜਾ ਰਹੇ ਨੇ ਤੇ ਇਸ ਸਬ ਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਬੜਾ ਕੁਝ ਸਿਆ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ ਸੋ ਰਾਜਨੀਤੀ ਮੇਨੂ ਦਾ ਹਰ ਇੱਕ ਵਿਅਕਤੀ ਨੂੰ ਆਉਣੀ ਚਾਹੀਦੀ ਹੈ ਉਹਨੂੰ ਪੋਲਿਟਿਕਸ ਦੀ ਸਮਝ ਹੋਣੀ ਚਾਹੀਦੀ ਹੈ ਜੇ ਸਮਝ ਹੋਏਗੀ ਤਾਂ ਹੀ ਅਸੀਂ ਪੰਜਾਬ ਦੀ ਆਵਾਮ ਇੱਕ ਚੰਗੇ ਰਾਜਨੀਤਿਕ ਆਗੂ ਚੁਣ ਸਕਾਂਗੇ ਜੋ ਸਾਨੂੰ ਲੱਗਣਗੇ ਕਿ ਇਹ ਸਾਡੇ ਮਸਲਿਆਂ ਨੂੰ ਹੱਲ ਕਰ ਸਕਦੇ ਨੇ ਸਾਡੇ ਬੱਚਿਆਂ ਦੀਆਂ ਸਾਡੇ ਭਵਿੱਖ ਦੀ ਚਿੰਤਾ ਕਰ ਸਕਦੇ ਨੇ ਸਾਡੇ ਹਲਕੇ ਦੀ ਸਾਡੇ ਪੰਜਾਬ ਦੀ ਆਵਾਜ਼ ਨੂੰ ਬਹੁਤ ਚੰਗੀ ਤਰ੍ਹਾਂ ਚੱਕ ਸਕਦੇ ਨੇ ਜੀ ਪਰ ਗੱਲ ਇਹ ਹੈ ਰਾਜਨੀਤੀ ਤਾਂ ਆਪਣੇ ਘਰ ਤੋਂ ਵੀ ਚੱਲਦੀ ਹੈ ਜੀ ਬਿਲਕੁਲ ਪਰ ਕਿਸੇ ਦੇ ਚੁੱਲੇ ਤੇ ਚੱਲਦੀ ਹੈ ਕਿਸੇ ਦੀਆਂ ਸੱਥਾਂ ਤੇ ਕੋਈ ਸਟੇਜਾਂ ਤੇ ਕਰ ਲੈਂਦਾ ਪਰ ਪਰ ਉਹ ਇੱਕ ਵਕਤ ਇੰਡੀਆ ਜਿਹੜਾ ਇੱਕ ਲੀਡਰ ਨਿਕਲ ਕੇ ਆਉਣਾ ਹੈ ਕਹਿੰਦੇ ਕਿ ਵੀ ਇੱਕ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਕਿ ਮੈਂ ਇੱਕ ਲੀਡਰ ਦੇ ਤੌਰ ਤੇ ਉਹ ਵੱਖਰੀ ਹੁੰਦੀ ਹੈ ਮੈਂ ਇਸ ਕਰਕੇ ਪੁੱਛ ਰਿਹਾ ਸੀ ਵੀ ਉਧਰਲੇ ਪਾਸੇ ਮਤਲਬ ਕਿ ਇਹ ਤਾਂ ਨਹੀਂ ਹੁੰਦਾ ਕਿ ਤੇ ਯਾਰ ਇੱਕ ਵਾਰੀ ਆਸਸੀਐਸ ਛੱਡ ਦਿਓ ਬਾਅਦ ਦੇਖਾਂਗੇ ਇਹਨੂੰ ਜਾਂ ਹਲੇ ਆ ਵੀ ਥੋੜੀ ਉਮਰ ਹੋ ਜਾਣ ਦਈਏ ਹੁੰਦਾ ਥੋੜਾ ਕਿ ਬਾਈ ਇਸਟੈਬਲਿਸ਼ ਹੋ ਜੀਏ ਕੰਮਕਾਰ ਸੈੱਟ ਕਰ ਲਗੇ ਜਾਂ ਉਹ ਖਿਆਲ ਹਮ ਜੀ ਬਿਲਕੁਲ ਇਦਾਂ ਹੀ ਹੁੰਦਾ ਕਿਉਂਕਿ ਮੈਂ ਜਦੋਂ ਇਸ ਫੀਲਡ ਦੇ ਵਿੱਚ ਆਈ ਸੀ ਤਾਂ ਮੈਂ ਕਦੇ ਵੀ ਇਹ ਸੋਚ ਕੇ ਨਹੀਂ ਆਈ ਸੀ ਕਿ ਮੈਂ ਆਪਣਾ ਫਿਊਚਰ ਜਾਂ ਮੈਂ ਇਨਕਮ ਦਾ ਸੋਰਸ ਰਾਜਨੀਤੀ ਨੂੰ ਬਣਾਉਣਾ ਤਾਂ ਮੇਰੀਆਂ ਕੁਝ ਹੋਰ ਪਲੈਨਿੰਗਸ ਉਹਨਾਂ ਦੇ ਵਿੱਚੋਂ ਸਿੰਗਿੰਗਸ ਹੋਰ ਮੈਂ ਇਸ ਗੱਲ ਨੂੰ ਬਹੁਤ ਓਪਨਲੀ ਕਹਿਣੀ ਹੈ ਕਿ ਮੈਂ ਜੇ ਸਿੰਗਿੰਗ ਕਰ ਰਹੀ ਹਾਂ ਤਾਂ ਮੇਰੀ ਇਨਕਮ ਦਾ ਸੋਮਾ ਵੀ ਇਹੀ ਇੱਕ ਪਲੇਟਫਾਰਮ ਹੈ ਕਿਉਂਕਿ ਮੈਂ ਰਾਜਨੀਤੀ ਤੋਂ ਇੱਕ ਵੀ ਰੁਪਈਆ ਨਹੀਂ ਕਮਾਇਆਗਾ ਔਰ ਮੈਂ ਬੜਾ ਪ੍ਰਾਊਡਲੀ ਕਹਿਣੀ ਹੈ ਕਿ ਮੈਨੂੰ ਇੱਕ ਵੀ ਵਿਅਕਤੀ ਇੱਕ ਵੀ ਲੀਡਰ ਇਹ ਗੱਲ ਨਹੀਂ ਕਹਿ ਸਕਦਾ ਕਿ ਅਸੀਂ ਇਸ ਕੁੜੀ ਦੀ ਕਾਰ ਦੇ ਵਿੱਚ ਵੀ ਤੇਲ ਪਵਾਇਆ ਮੈਂ ਆਪਣੇ ਘਰੋਂ ਖਰਚਾ ਕੀਤਾ ਜਾਂ ਮੇਰੇ ਕੁਝ ਐਨਆਰਆਈ ਭਰਾਵਾਂ ਨੇ ਮੇਰੀ ਸਪੋਰਟ ਕੀਤੀ ਉਹਨਾਂ ਦੇ ਸਦਕਾ ਮੈਂ ਇਸ ਫੀਲਡ ਦੇ ਵਿੱਚ ਵਿਚਰਦੀ ਰਹੀ ਹਾਂ ਪਰ ਗੱਲ ਉਹੀ ਹੈ ਨਾ ਕਿ ਇੱਕ ਜਿਹੜੇ ਘਰਾਂ ਚੋਂ ਆਪਾਂ ਬਿਲੋਂਗ ਕਰਦੇ ਆਂ ਆਪਾਂ ਮੀਡਲ ਕਲਾਸ ਫੈਮਲੀਜ਼ ਤੋਂ ਬਿਲੋਂਗ ਕਰਦੇ ਆਂ ਬਹੁਤ ਹੀ ਸਧਾਰਨ ਪਰਿਵਾਰਾਂ ਤੋਂ ਸੋ ਇਕਨੋਮਿਕ ਸਟੇਬਿਲਟੀ ਆਪਣੇ ਲਈ ਬਹੁਤ ਜ਼ਰੂਰੀ ਹੈ ਔਰ ਸਪੈਸ਼ਲੀ ਮੈਂ ਇੱਕ ਇਦਾਂ ਦੀ ਫੈਮਲੀ ਤੋਂ ਆਣੀ ਆ ਜਿੱਥੇ ਇੱਕ ਮੀਡਲ ਕਲਾਸ ਪਰਿਵਾਰ ਹੈ ਮੇਰਾ ਸੈਕੰਡਲੀ ਮੇਰੇ ਤੇ ਮੇਰੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੇ ਕਿਉਂਕਿ ਅਸੀਂ ਦੋ ਸਿਸਟਰਾਂ ਹਾਂ ਸੋ ਉਹਨਾਂ ਦੀਆਂ ਖੁਆਇਸ਼ਾਂ ਉਹਨਾਂ ਦੀਆਂ ਲੋੜਾਂ ਜਾਂ ਮੇਰੀਆਂ ਖੁਦੀਆਂ ਖੁਆਇਸ਼ਾਂ ਲੋੜਾਂ ਜਾਂ ਕੁਝ ਕੁ ਸੁਪਨੇ ਹੁੰਦੇ ਨੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਰਨਾ ਕਿੰਨੀਆਂ ਚੀਜ਼ਾਂ ਦੀ ਸਾਨੂੰ ਉਚਾਹਤ ਹੈ ਸੋ ਉਹਨਾਂ ਸਾਰੀਆਂ ਨੂੰ ਪੂਰਾ ਕਰਨ ਦੇ ਲਈ ਲੋੜ ਹੁੰਦੀ ਆ ਔਰ ਮੈਨੂੰ ਇਹ ਲੱਗਦਾ ਕਿ ਪੈਸਾ ਅੱਜ ਦੇ ਜ਼ਮਾਨੇ ਦੇ ਵਿੱਚ ਹਰ ਵਿਅਕਤੀ ਦੀ ਲੋੜ ਹੈ ਇਸ ਸਮਾਜ ਦੇ ਵਿੱਚ ਸਰਵਾਈਵ ਕਰਨ ਦੇ ਲਈ ਸੋ ਮੇਰਾ ਜਿਹੜਾ ਸਿੰਗਿੰਗ ਫੀਲਡ ਹੈ ਉਹ ਇਹੀ ਹੈ ਕਿ ਮੇਰੇ ਲਈ ਇਕ ਇਕਨੋਮਿਕ ਸਟੇਬਿਲਿਟੀ ਦਾ ਸਾਧਨ ਹੋਵੇ ਮੈਂ ਸ਼ੋਅ ਕਰਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਵੀ ਸਾਡੇ ਪੰਜਾਬੀ ਰਹਿੰਦੇ ਨੇ ਉੱਥੇ ਜਾ ਕੇ ਪੰਜਾਬ ਪੰਜਾਬੀਅਤ ਦੀ ਗੱਲ ਕਰਾਂ ਸਾਡੇ ਇਤਿਹਾਸ ਦੀ ਗੱਲ ਕਰਾਂ ਸਾਡੇ ਯੋਧਿਆਂ ਦੀ ਗੱਲ ਕਰਾਂ ਤੇ ਮੇਰੀ ਸਟੇਜ ਹੋਵੇ ਮੇਰੀਆਂ ਗੱਲਾਂ ਹੋਣ ਤੇ ਮੈਨੂੰ ਹੀ ਸੁਣਨ ਵਾਲੇ ਸਰੋਤੇ ਹੋਣ ਜੀ 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 ਸਟੇਜਾਂ ਤੇ ਤਾਂ ਅਸੀਂ ਪਹਿਲਾਂ ਹੀ ਬੋਲਦੇ ਰਹੇ ਹਾਂ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਰਹੇ ਹਾਂ ਜੀ ਜੀ ਤਾਂ ਉਹ ਤੋਂ ਬਾਅਦ ਜਿੱਦਾਂ ਅਮਰਮੀ ਪਾਰਟੀ ਫਿਰ ਉਸ ਤੋਂ ਬਾਅਦ ਛੜ ਕੇ ਸੁਪਾਲ ਸਿੰਘ ਖਰੜਾ ਚਲੇ ਗਏ ਫਿਰ ਉਧਰਲੇ ਪਾਸੇ ਵੀ ਹੋੜੀ-ਹੋੜੀ ਕਰਕੇ ਕੰਮ ਘਟਾ ਦਿੱਤਾ ਗਿਆ ਚਲੋ ਸੁਪਾਲ ਸਿੰਘ ਖੜਾ ਉਧਰਲੇ ਪਾਸੇ ਚਲੇਗੇ ਕਾਂਗਰਸ ਚਲੇਗੇ ਤਾਂ ਇਹ ਸਭ ਤੋਂ ਬਾਅਦ ਫਿਰ ਇਲੈਕਸ਼ਨ ਆ ਗਏ ਤੁਸੀਂ ਇਲੈਕਸ਼ਨਾਂ ਚ ਜਿਵੇਂ ਕਿ ਕਈ ਕੈਂਡੀਡੇਟਸ ਦੇ ਹੱਕ ਦੇ ਵਿੱਚ ਵੀ ਗਏ ਕੋਈ ਕਿਸਾਨ ਮੋਰਚੇ ਵਾਲਾ ਨਮੀਦਵਾਰ ਸੀ ਉਹਨਾਂ ਦੇ ਚ ਫਿਰ ਇੰਨਾ ਮਤਲਬ ਕੀ ਗੱਲ ਲੱਗੀ ਕਿ ਪਹਿਲਾਂ ਕੋਈ ਗਲਤੀ ਕਰ ਲਈ ਵੀ ਉਹ ਸੁਧਾਰ ਰਹੇ ਸੀ ਜਾਂ ਕੀ ਕਾਰਨ ਸੀ ਜਾਂ ਇਹ ਕਿ ਬਾਰ ਬਾਰ ਪਲਟੀਆਂ ਇਦਾਂ ਕਿਉਂ ਵਜੀਆਂ ਦੇਖੋ ਮੈਂ ਪਹਿਲਾਂ ਵੀ ਕਿਹਾ ਕਿ ਕਿਉਂਕਿ ਮੈਂ ਕੋਈ ਇੱਕ ਇਲੈਕਸ਼ਨ ਲੜਨ ਦਾ ਜਦ ਪੋਲੀਟੀਕਲ ਫੀਲਡ ਦੇ ਵਿੱਚ ਸੈਟਲ ਹੋਣ ਦਾ ਸੋਚ ਕੇ ਨਹੀਂ ਆਈ ਸੀ ਉਸ ਸਮੇਂ ਦੀਆਂ ਸਥਿਤੀਆਂ ਹੀ ਇਦਾਂ ਨਹੀਂ ਸੀਗਾ ਜਦੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਕੰਮ ਕਰਨਾ ਵੀ ਕੀ ਸ਼ੁਰੂ ਕੀਤਾ ਪੰਜਾਬ ਦੀਆਂ પરિਸਥਿਤੀਆਂ ਤੇ ਮੈਂ ਸੋਸ਼ਲ ਮੀਡੀਆ ਤੇ ਬੋਲਦੀ ਹੁੰਦੀ ਸੀ ਚਲੋ ਉਸ ਵਕਤ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਦੇ ਤੌਰ ਤੇ ਉੱਠਣੀ ਸ਼ੁਰੂ ਹੋਈ ਸੀ ਉਹ ਵਰਕਰਾਂ ਨੇ ਮੇਰੇ ਨਾਲ ਜੁੜੇ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਬਹੁਤ ਸੋਹਣਾ ਬੋਲਦੇ ਹੋ ਸਾਡੀਆਂ ਸਟੇਜਾਂ ਤੇ ਬੋਲੋ ਮੈਂ ਬੋਲਣਾ ਸ਼ੁਰੂ ਕੀਤਾ ਪੰਜਾਬ ਦੀ ਆਵਾਮ ਨੇ ਬਹੁਤ ਮਾਨ ਸਤਕਾਰ ਆਸ਼ੀਰਵਾਦ ਦਿੱਤਾ ਜਿ ਮੈਂ ਜੋ ਵੀ ਹਾਂ ਅੱਜ ਤਾਂ ਇਹ ਸਭ ਕੁਝ ਪੰਜਾਬ ਦੇ ਲੋਕਾਂ ਦੇ ਕਰਕੇ ਹੀ ਆ ਜਿਉਂ ਉਹਨਾਂ ਨੇ ਮੈਨੂੰ ਇੰਨਾ ਪਿਆਰ ਸਤਿਕਾਰ ਆਸ਼ੀਰਵਾਦ ਦਿੱਤਾ ਤਾਂ ਹੀ ਅੱਜ ਮੇਰੀ ਨਿੱਕੀ ਜੀ ਪਹਿਚਾਣ ਹੈ ਪੰਜਾਬ ਦੇ ਵਿੱਚ ਤੇ ਪਰ ਜੋ ਮੇਰਾ ਮੇਨ ਮਕਸਦ ਸੀ ਉਹ ਇਹ ਸੀਗਾ ਕਿ ਆਪਾਂ ਪੰਜਾਬ ਦੀ ਗੱਲ ਕਰਨੀ ਆ ਜਿਹੜਾ ਵੀ ਵਿਅਕਤੀ ਪੰਜਾਬ ਦੀ ਗੱਲ ਕਰਦਾ ਆਪਾਂ ਉਹਨਾਂ ਦਾ ਸਾਥ ਦਈਏ ਤਾਂ ਮੈਨੂੰ ਲੱਗਦਾ ਉਦੋਂ ਉਸ ਵਕਤ ਮੈਂ ਪਹਿਲਾਂ ਵੀ ਬੜੇ ਵਾਰੀ ਦੱਸ ਚੁੱਕਿਆ ਜੋ ਆਵਾਦਿਨ ਪਾਰਟੀ ਦੇ ਫੈਸਲੇ ਰਹੇ ਉਹ ਕਿਤੇ ਨਾ ਕਿਤੇ ਪੰਜਾਬ ਦੇ ਅਗੇਂਸਟ ਸਾਨੂੰ ਮਹਿਸੂਸ ਹੋਏ ਤਾਂ ਪਾਰਟੀ ਤੋਂ ਪਾਸਾ ਵਟਣ ਦੀ ਆਪਾਂ ਉਹ ਕੀਤਾ ਉਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਨੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਿ ਤੇ ਆਪ ਉਹਨਾਂ ਦੇ ਨਾਲ ਖੜੇ ਫਿਰ ਜਦੋਂ ਕਾਂਗਰਸ 'ਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਉਹ ਨਾ ਮੰਜ਼ੂਰ ਸੀ ਮੈਨੂੰ ਨਹੀਂ ਪੰਜਾਬ ਦੀ ਬਹੁਤੀ ਆਵਾਮ ਨੂੰ ਸੋ ਉਸ ਵਕਤ ਸਾਡਾ ਕਿਸਾਨੀ ਅੰਦੋਲਨ ਚੱਲਿਆ ਉਸ ਤੋਂ ਬਾਅਦ 22 ਦੇ ਇਲੈਕਸ਼ਨ ਵੇਲੇ ਤਾਂ ਉਹਦੇ ਵਿੱਚ ਪੂਰੇ ਦਾ ਪੂਰਾ ਪੰਜਾਬ ਸਾਡੇ ਕਿਸਾਨ ਆਗੂਆਂ ਦੇ ਨਾਲ ਜਾ ਕੇ ਖੜਾ ਔਰ ਉਸ ਵਕਤ ਲੋੜ ਵੀ ਸੀ ਕਿ ਅਸੀਂ ਸਾਡੇ ਕਿਸਾਨ ਆਗੂਆਂ ਦੀ ਗੱਲ ਕਰੀਏ ਕਿਉਂਕਿ ਮੈਂ ਸਿਰਫ ਇਹੀ ਸੋਚ ਕੇ ਚੱਲਦੀ ਸੀ ਕਿ ਜਿਹੜਾ ਵੀ ਵਿਅਕਤੀ ਪੰਜਾਬ ਦੀ ਗੱਲ ਕਰਦਾ ਚਾਹੇ ਉਹ ਪਹਿਲਾਂ ਸੀ ਚਾਹੇ ਅੱਜ ਆ ਜਾਂ ਅੱਗੇ ਕਰੂਗਾ ਆਪਣਾ ਹਰ ਇੱਕ ਵਿਅਕਤੀ ਦਾ ਇਹ ਫਰਜ਼ ਬੰਦਾ ਪੰਜਾਬ ਦੇ ਵਾਸੀ ਹੋਣ ਦੇ ਨਾਮ ਤੇ ਕਿ ਆਪਾਂ ਉਸ ਵਿਅਕਤੀ ਦਾ ਸਾਥ ਦਈਏ ਚਲੋ ਸਮੇਂ ਦੇ ਅਨੁਸਾਰ ਕਿਸੇ ਵਿਅਕਤੀ ਦੇ ਕੀ ਵਿਚਾਰ ਹੁੰਦੇ ਨੇ ਉਹਨਾਂ ਦੀ ਸੋਚ ਕੀ ਹੁੰਦੀ ਹੈ ਇਸ ਚੀਜ਼ ਨੂੰ ਆਪਾਂ ਨਹੀਂ ਸੋਚ ਸਕਦੇਗੇ ਪਰ ਮੈਂ ਆਪਣੇ ਵੱਲੋਂ ਜੋ ਮੈਨੂੰ ਲੱਗਦਾ ਸੀ ਕਿ ਉਸ ਸਮੇਂ ਸਹੀ ਹੈ ਉਸ ਚੀਜ਼ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਅੱਛਾ ਉਸ ਚੀਜ਼ ਨੂੰ ਪੂਰਾ ਯਤਨ ਕੀਤਾ ਕਿ ਭਾਈ ਇਹਨੂੰ ਜਿੰਨਾ ਕਰ ਸਕਦੇ ਕਰੀ ਜੀ ਜੀ ਤੇ ਅੱਗੇ ਆਨਲਾਈਨ ਟਾਈਮ 'ਚ ਗਾਣਿਆਂ ਦਾ ਕੋਈ ਹੋਰ ਅੱਗੇ ਚੱਲ ਰਿਹਾ ਪ੍ਰੋਜੈਕਟ ਯਾ ਜੀ ਬਿਲਕੁਲ ਮੇਰੇ 2-3 ਗਾਣੇ ਰਿਕਾਰਡ ਹੋ ਚੁੱਕੇ ਨੇ ਬਹੁਤ ਜਲਦੀ ਪੰਜਾਬ ਦੀ ਆਵਾਮ ਨਾਲ ਉਹ ਮੈਂ ਸਾਂਝੇ ਕਰਾਂਗੀ ਔਰ ਉਹਦੇ ਵਿੱਚ ਇਹ ਹੈ ਕਿ ਮੈਂ ਜਿੰਨੇ ਵੀ ਗਾਣੇ ਕਰ ਰਹੀ ਹਾਂ ਮੇਰੀ ਇਹ ਕੋਸ਼ਿਸ਼ ਹੈ ਕਿ ਮੈਂ ਉਹਨਾਂ ਦੀ ਸ਼ਬਦਾਵਲੀ ਉਹਨਾਂ ਦੀ ਜਿਹੜੀ ਲਿਖਣੀ ਹੈ ਉਹ ਇਦਾਂ ਦੀ ਹੋਵੇ ਕਿ ਪੰਜਾਬ ਦੀ ਆਵਾਮ ਉਹਨੂੰ ਪਸੰਦ ਕਰੇ ਉਹ ਇੱਕ ਪਰਿਵਾਰਿਕ ਗਾਣੇ ਹੋਣ ਔਰ ਇੱਕ ਇਹ ਹੈ ਨਾ ਕਿ ਹਰ ਇੱਕ ਤਰ੍ਹਾਂ ਦੇ ਟੌਪਿਕ ਨੂੰ ਲੈ ਕੇ ਮੈਂ ਗਾਣੇ ਕਰਾਂ अच्छा जी जी ਤੇ ਹੁਣ ਸਰਕਾਰ ਨੂੰ ਲੈ ਕੇ ਕੀ ਮਤਲਬ ਜੋ ਕੁਝ ਚੱਲਦਾ ਪਿਆਗਾ ਤਾਂ ਹੁਣ ਕੀ ਸੋਚਦੇ ਹੋ ਸਰਕਾਰ ਨੂੰ ਦੇਖ ਕੇ ਦੇਖੋ ਸਰਕਾਰ ਬਾਰੇ ਵਿਚਾਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਹੀ ਬਹੁਤ ਚੰਗੀ ਤਰ੍ਹਾਂ ਦੇ ਸਕਦੇ ਨੇ ਔਰ ਸਪੈਸ਼ਲੀ ਤੁਹਾਨੂੰ ਪਤਾ ਹੀ ਹੈ ਤੁਸੀਂ ਤਾਂ ਵਿਚਰਦੇ ਰਹਿੰਦੇ ਹੋ ਲੋਕਾਂ ਦੇ ਨਾਲ ਦੇਖੋ ਆਪਣਾ ਇਹ ਸੀਗਾ ਕਿ ਆਪਾਂ ਬਦਲਾ ਬਦਲਾ ਕਰਦੇ ਸੀ ਔਰ ਮੰਦਾ ਵੀ ਸੀਗਾ ਕਿ ਆਪਾਂ ਬਦਲਾ ਲੈ ਕੇ ਆਈਏ ਨਹੀਂ ਆਪਣੇ ਦਿਲਾਂ ਦੇ ਵਿੱਚ ਇੱਕ ਵਿਅਮ ਰਹਿ ਜਾਣਾ ਸੀ ਕਿ ਮੌਕਾ ਦੇ ਕੇ ਦੇਖ ਲੈਂਦੇ ਚਲੋ ਪੰਜਾਬ ਦੀਆਂ ਜਿਹੜੀਆਂ ਆ ਪ ਤਿੰਨ ਵੱਡੀਆਂ ਪਾਰਟੀਆਂ ਕਹਿਣੇ ਆ ਕਾਂਗਰਸ ਅਕਾਲੀ ਦਲ ਆਵਾਦਨੀ ਪਾਰਟੀ ਤਿੰਨਾਂ ਨੂੰ ਪੰਜਾਬ ਦੇ ਆਵਾਮ ਨੇ ਮੌਕਾ ਦਿੱਤੇ ਔਰ ਤਿੰਨਾਂ ਦੀ ਪਰਫਾਰਮੈਂਸ ਦੇਖ ਲਈ ਐ ਸੋ ਹੁਣ ਅੱਗੇ ਜੋ ਫੈਸਲਾ ਕਰਨਾ ਹੈ ਉਹ ਅੱਗੇ ਹੋ ਜੇਗਾ 27 ਦੇ ਇਲੈਕਸ਼ਨਾਂ ਦੇ ਵਿੱਚ ਕਿ ਪੰਜਾਬ ਦੇ ਲੋਕ ਕਿਹਨੂੰ ਚੁੰਨਦੇ ਨੇ ਤੇ ਬਾਕੀ ਬਦਲਾਅ ਦਾ ਜਵਾਬ ਮੈਨੂੰ ਲੱਗਦਾ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਦੇ ਸਕਦੇ ਨੇ ਪਰ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਮੁੱਖ ਮੰਤਰੀ ਹੋ ਅੱਜ ਜੋ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਨੇ ਨਿੱਕੇ ਨਿੱਕੀਆਂ ਗੱਲਾਂ ਨੇ ਜਿਹੜੇ ਵਾਦੇ ਤੁਸੀਂ ਕੀਤੇ ਸੀ ਜਿੰਨਾ ਗੱਲਾਂ ਨਾਲ ਤੁਸੀਂ ਲੋਕਾਂ ਦੇ ਦਿਲਾਂ ਵਿੱਚ ਬੈਠੇ ਸੀ ਜਗਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਗੱਲਾਂ ਵੱਲ ਧਿਆਨ ਦਿਓ ਇੱਕ ਸੋਸ਼ਲ ਮੀਡੀਆ ਤੇ ਖਬਰਾਂ ਦੇ ਵਿੱਚ ਰਹਿਣਾ ਇੱਕ ਅਲੱਗ ਚੀਜ਼ ਹੈ ਪਰ ਜੋ ਰਿਐਲਿਟੀ ਹੈ ਗਰਾਉਂਡ ਰਿਐਲਿਟੀ ਹੈ ਸਾਡੇ ਪਿੰਡਾਂ ਦੀ ਸਾਡੇ ਘਰਾਂ ਦੀ ਉਹਨਾਂ ਚੀਜ਼ਾਂ ਵੱਲ ਧਿਆਨ ਦਿਓ ਇੱਕ ਸਟੇਟਮੈਂਟਾਂ ਦੇਣੀਆਂ ਦੂਸਰੀਆਂ ਪਾਰਟੀਆਂ ਤੇ ਆ ਦੂਸਰੇ ਲੀਡਰਾਂ ਤੇ ਉਹ ਬਹੁਤ ਆਸਾਨ ਹੁੰਦਾ ਸੋ ਉਹਨਾਂ ਚੀਜ਼ਾਂ ਨੂੰ ਸਮਝੋ ਲੋਕਾਂ ਦਾ ਖਿਆਲ ਰੱਖੋ ਜੇਕਰ ਤੁਸੀਂ ਦੁਬਾਰਾ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਹੋ ਤਾਂ ਨਹੀਂ ਪੰਜਾਬ ਦੇ ਲੋਕਾਂ ਨੇ ਜੋ ਹਾਲਾਤ ਪਿਛਲੀਆਂ ਪਾਰਟੀਆਂ ਦਾ ਕੀਤਾ ਉਹੀ ਤੁਹਾਡੇ ਹੋ ਜਾਣਗੇ ਜੇ ਕਿਤੇ فرض ਕਰੋ ਕਿ ਸੀਐਮ ਸਭ ਮਿਲ ਜਾਂਦੇ ਨਵਜੋਤ ਕੋਰ ਲੰਬੀ ਨੂੰ ਤਾਂ ਇੱਕ ਪੰਜਾਬਣ ਹੋਣ ਦੇ ਨਾਤੇ ਇਕੱਲੋ ਕੇ ਵੀ ਪੰਜਾਬ ਦੀ ਧੀ ਹੋਣ ਦੇ ਨਾਤੇ ਕੀ ਗੱਲ ਕਹੋਗੇ ਇੱਕ ਹੀ ਗੱਲ ਚ ਚਾਹੇ ਜਵਾਬ ਦੇ ਦਿਓ ਚਾਹੇ ਲੰਬੀ ਗੱਲ ਕਰ ਲਓ ਦੇਖੋ ਪੰਜਾਬ ਦੇ ਬਹੁਤ ਮੁੱਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਦੀ ਹਾਂ ਨਸ਼ੇ ਦੀ ਜਿਹੜੀ ਚੀਜ਼ ਤੇ ਅਸੀਂ ਸਿਆਸਤ ਕਰਕੇ ਸੱਤਾ ਦੇ ਵਿੱਚ ਆਏ ਹਾਂ ਇਹੀ ਸੀ ਨਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਕਰਕੇ ਅਸੀਂ ਦੂਜੀਆਂ ਸਰਕਾਰਾਂ ਨੂੰ ਭੰਡਦੇ ਰਹੇ ਪਰ ਜੇਕਰ ਹੁਣ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਆ ਇੱਕ ਸਰਕਾਰ ਦੇ ਵਿੱਚ ਨਸ਼ਾ ਆਇਆ ਦੂਜੀ ਸਰਕਾਰ ਦੇ ਵਿੱਚ ਉਹ ਥੋੜਾਕਿ ਵਧਿਆ ਔਰ ਤੀਸਰੀ ਸਰਕਾਰ ਜਿਹੜੀ ਅਜਾ ਮਾਦੀਮ ਪਾਰਟੀ ਦੀ ਹੈ ਤਾਂ ਤੁਸੀਂ ਦੇਖੋ ਕਿ ਪੂਰੇ ਪੰਜਾਬ ਦੇ ਵਿੱਚ ਆਪਾਂ ਕਹਿਣ ਲੱਗੇ ਕਿ ਘਰ-ਘਰ ਡਿਲੀਵਰੀ ਹੋਣ ਲੱਗੀ ਨਸ਼ਿਆਂ ਦੀ ਹਲਾ ਤਾਂ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੈ ਆ ਆਪਾਂ ਪਹਿਲਾਂ ਹੀ ਇਹ ਕਹਿੰਦੇ ਰਹੇ ਹਾਂ ਕਿ ਸਰਕਾਰ ਇੱਕ ਮਿੰਟ ਦੇ ਵਿੱਚ ਨਸ਼ਾ ਬੰਦ ਕਰਾ ਸਕਦੀ ਆ ਇਹ ਮੇਰੀ ਨਹੀਂ ਸਗੋ ਸੀਐਮ ਸਾਹਿਬ ਦੀਆਂ ਸਟੇਟਮੈਂਟਸ ਨੇ ਬਿਲਕੁਲ ਉਸ ਦੇ ਜਿਹੜਾ ਉਹਨਾਂ ਸਟੇਟਮੈਂਟਾਂ ਤੇ ਕਿਹਾ ਉਹ ਜਿੰਨਾ ਤੇ ਤੁਸੀਂ ਬੈਠੇ ਹੋ ਜੀ ਅੱਜ ਤੁਹਾਡੀ ਸਰਕਾਰ ਹੈ ਤਾਂ ਉਹ 1 ਮਿੰਟ ਦੇ ਵਿੱਚ ਨਸ਼ਾ ਬੰਦ ਕਰਾਉਣ ਦੀ ਕੋਸ਼ਿਸ਼ ਤੁਸੀਂ ਕਰੋ ਤੇ ਹੁਣ ਅਸੀਂ ਕਹਿ ਦਿੰਦੇ ਆ ਕਿ ਬਹੁਤ ਲੰਬੀਆਂ ਚੌੜੀਆਂ ਗੱਲਾਂ ਹੁੰਦੀਆਂ ਨੇ ਸਮਾਂ ਲੱਗਦਾ ਹੈ ਦੂਸਰਾ ਕੀ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੰਦ ਬੈਠੇ ਨੇ ਅ ਚਲੋ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੂੰ ਆਪਾਂ ਕਾਨੂੰਨ ਦੇ ਤੇ ਹੱਥ ਇੱਕ ਸਜ਼ਾ ਦੇ ਸਕਦੇ ਸੀ ਪਰ ਅੱਜ ਉਹਨਾਂ ਤੇ ਐਨਐਸਏ ਲਾ ਕੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਗਿਆ ਉਹ ਅਕਸਰ ਪੰਜਾਬ ਦੀ ਹੀ ਗੱਲ ਕਰਦੇ ਸੀਗੇ ਤੇ ਅੱਜ ਸਾਡਾ ਫਰਜ਼ ਬਣਦਾ ਕਿ ਉਹ ਪੰਜਾਬ ਦੇ ਹੀ ਮੁੰਡੇ ਨੇ ਉਹ ਮਾਵਾਂ ਦੇ ਹੀ ਪੁੱਤ ਨੇ ਅਸੀਂ ਉਹਨਾਂ ਵੱਲ ਧਿਆਨ ਦਿਓ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਅਸੀਂ ਉਹਨਾਂ ਦੇ ਹੁਣ ਜੋ ਧਰਾਵਾ ਮੈਨੂੰ ਲੱਗਦਾ ਕਿ ਇਸ ਵਕਤ ਜਾਇਜ਼ ਨਹੀਂ ਆ ਉਹ ਹਲੇ ਤੱਕ ਲਾਈਆਂ ਹੋਈਆਂ ਨੇ ਸੋ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ ਪੰਜਾਬ ਦੇ ਲੋਕ ਇਸ ਗੱਲੋਂ ਤੁਹਾਡੇ ਨਾਲ ਨਿਰਾਸ਼ ਨੇ ਔਰ ਤੀਸਰੀ ਗੱਲ ਕੀ ਸਾਡੇ ਪੰਜਾਬ ਦੇ ਕਿਸਾਨ ਅੱਜ ਜਿਹੜੇ ਆਪਾਂ ਨੂੰ ਪਤਾ ਹੈ ਕਿ ਸੜਕਾਂ ਤੇ ਬੈਠੇ ਨੇ ਤਾਂ ਸਾਡਾ ਪੰਜਾਬ ਸਰਕਾਰ ਦੇ ਤੌਰ ਤੇ ਬੇਸ਼ੱਕ ਅਸੀਂ ਇਹ ਸਟੇਟਮੈਂਟ ਦੇ ਦੇਣਾ ਕਿ ਉਹਨਾਂ ਦਾ ਰੌਲਾ ਤਾਂ ਦਿੱਲੀ ਸਰਕਾਰ ਦੇ ਨਾਲ ਹੈ ਜੀ ਸੈਂਟਰ ਗਵਰਨਮੈਂਟ ਦੇ ਨਾਲ ਹੈ ਪਰ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ ਤਾਂ ਤੁਹਾਡਾ ਫਰਜ਼ ਬੰਦਾ ਉਹਨਾਂ ਦੇ ਲਈ ਕੁਝ ਕੁ ਸਹੂਲਤਾਂ ਜਿਹੜੀਆਂ ਅਸੀਂ ਪਿਛਲੀ ਸਰਕਾਰ ਵੇਲੇ ਸਟੇਟਮੈਂਟਾਂ ਦਿੰਦੇ ਰਹੇ ਹਾਂ ਅੱਜ ਉਹਨਾਂ ਸਟੇਟਮੈਂਟਾਂ ਨੂੰ ਤਾਂ ਖੁਦ ਇੰਪਲੀਮੈਂਟ ਕਰੀਏ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਸਿਰਫ ਇਹ ਚੀਜ਼ਾਂ ਦਿਖਾਉਣ ਦੇ ਨਾਲ ਕਿ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਇਹ ਕੈਪਟਨ ਅਮਨਿੰਦਰ ਸਿੰਘ ਵੀ ਕਹਿੰਦੇ ਰਏ ਅਸੀਂ ਇਹਨੀਆਂ ਨੌਕਰੀਆਂ ਦੇਤੀਆਂ ਸੀ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ ਤੇ ਅੱਜ ਉਹੀ ਨੌਕਰੀਆਂ ਵੱਲ ਅਸੀਂ ਵੀ ਧਿਆਨ ਦੇਈਏ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹਲੇ ਵੀ ਬਹੁਤ ਜ਼ਿਆਦਾ ਹੈਗੀ ਆ ਔਰ ਹੋਰ ਵੀ ਬਹੁਤ ਸਾਰੇ issues ਨੇ ਪੰਜਾਬ ਦੇ ਵਿੱਚ ਆਪਾਂ ਸਪੈਸ਼ਲੀ ਵੇਖੀਏ ਜਿਹੜਾ ਨੌਜਵਾਨਾਂ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਹੈ ਇਹਨਾਂ ਚੀਜ਼ਾਂ ਨੂੰ ਕਿਵੇਂ ਰੋਕਿਆ ਜਾਵੇ ਪੰਜਾਬ ਦੇ ਵਿੱਚ ਵਧੀਆ ਇੰਡਸਟਰੀਅਲ ਜਿਹੜੀਆਂ ਸੰਸਥਾਵਾਂ ਨੇ ਉਹ ਲੈ ਕੇ ਆਂਦੀਆਂ ਜਾਣ ਤਾਂ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਹੀ ਵਧੀਆ ਰੁਜ਼ਗਾਰ ਮਹੱਈਆ ਹੋ ਸਕੇ ਜਾਂ ਹੋਰ ਜਦੋਂ ਆਪਾਂ ਬੈਠ ਕੇ ਡਿਸਕਸ ਕਰਾਂਗੇ ਤਾਂ ਬੜੇ ਮੈਨੂੰ ਲੱਗਦਾ ਮੁੱਦੇ ਨਿਕਲੇ ਆਉਣਗੇ ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਮੈਨੇ ਥੇੜਾ ਵੀ ਨਹੀਂ ਗਿਆ ਤੁਹਾਨੂੰ ਪਤਾ ਤੇ ਪਰ ਇਹ ਗੱਲਾਂ ਨੇ ਇਹ ਗੱਲਾਂ ਤਾਂ ਮਿਲਲਾਂ ਲਾ ਵੀ ਤੁਸੀਂ ਵੀ ਕਰਦੇ ਰਹੇ ਹੋ ਜਦੋਂ ਉਸ ਵੇਲੇ ਸਰਕਾਰ ਬਣਾਉਣ ਦੀ ਗੱਲ ਸੀਗੀ ਜਦ ਦੀ ਨਹੀਂ ਨਹੀਂ ਤਾਂ ਹੁਣ ਲੋਕ ਆ ਕੇ ਤੁਹਾਨੂੰ ਵੀ ਆ ਕੇ ਸ਼ਿਕਵਾ ਕਰਦੇ ਹੁਣਗੇ ਵੀ ਬਾਈ ਉਹ ਤੁਸੀਂ ਵੀ ਕਰਦੇ ਸੀ ਤੇ ਇਹ ਗੱਲਾਂ ਕਰਦੇ ਸੀਗੇ ਬਦਲਾ ਲੈਣ ਦਾ ਤੇ ਹੁਣ ਤੁਸੀਂ ਪਾਸੇ ਹੋਗੇ ਹੁਣ ਦੱਸੋ ਆ ਕੇ ਕਿਹਨੂੰ ਗੱਲ ਕਰੀਏ ਨਹੀਂ ਮੈਂ ਤਾਂ ਇਹ ਦੇਖੋ 2018 ਦੇ ਵਿੱਚ ਹੀ ਪਾਸੇ ਹੋ ਗਈ ਸੀ ਕਿ ਜਦੋਂ ਮੈਨੂੰ ਲੱਗਿਆ ਸੀਗਾ ਕਿ ਸ਼ਾਇਦ ਇਹ ਅਗੇਂਸਟ ਦਾ ਪੰਜਾਬ ਨੇ ਜੀ ਪਰ ਮੈਂ ਤਾਂ ਉਸ ਤੋਂ ਬਾਅਦ ਇਹਨਾਂ ਦੀਆਂ ਪਾਲਿਸੀਆਂ ਦੇ ਖਿਲਾਫ ਬੋਲਦੀ ਵੀ ਰਹੀ ਹਾਂ ਔਰ ਦੇਖੋ ਉਹ ਸ਼ਿਕਵਾ ਜੋ ਮੈਨੂੰ ਸ਼ਾਇਦ ਉਸ ਵਕਤ ਮਹਿਸੂਸ ਹੋ ਗਿਆ ਸੀਗਾ ਪੰਜਾਬ ਦੇ ਲੋਕਾਂ ਨੂੰ ਹੁਣ ਉਹ ਚੀਜ਼ ਦਾ ਅਹਿਸਾਸ ਹੋ ਰਿਹਾ ਚਲੋ ਬਾਕੀ ਕੋਈ ਨਹੀਂ ਮੈਂ ਤਾਂ ਇਹੀ ਕਹਾਂਗੀ ਕਿ ਆਪਾਂ ਪਹਿਲਾਂ ਵੀ ਕਹਿ ਦਿੰਦੇ ਸੀ ਕਿ 5 ਸਾਲ ਬਾਅਦ ਇਲ ਆ ਜਾਂਦੇ ਨੇ ਆਪਣਾ ਫਰਜ਼ ਬੰਦਾ ਸੀ ਆਪਾਂ ਸਭ ਨੂੰ ਮੌਕਾ ਦੇ ਕੇ ਦੇਖੀ ਆਪਾਂ ਮੌਕਾ ਦੇ ਕੇ ਦੇਖ ਲਿਆ ਸੋ ਅਗਲੀ ਵਾਰੀ ਤੋਂ ਆਪਾਂ ਵਧੀਆ ਸਰਕਾਰ ਚੁਣਾਂਗੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਜੀ 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 ਤੇ ਜਿਹੜੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਹਾਲੇ ਵੀ ਤੁਹਾਨੂੰ ਪਤਾ ਕਿ ਜੇ ਰੋ ਕਿਤੇ ਆਪਾਂ ਗੱਲ ਕਰਦੇ ਆਂ ਕਈ ਵਾਰੀ ਆਪਾਂ ਸਰਕਾਰ ਦੇ ਉੱਤੇ ਸਵਾਲ ਵੀ ਚੁੱਕ ਦਿੰਨੇ ਆ ਜਾਂ ਗਾਣੇ ਨੂੰ ਲੈ ਕੇ ਵੀ ਤੁਹਾਡੇ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਕਿ ਪੁੱਠੇ ਸਿੱਧੇ ਕਮੈਂਟ ਕਰ ਦਿੰਦੇ ਆਗੇ ਉਹਨਾਂ ਨੂੰ ਉਹਨਾਂ ਬਾਰੇ ਕੀ ਸੋਚਦੇ ਆ ਮੰਨ ਦੇ ਵਿੱਚ ਫਿਰ ਇਹ ਕਈ ਵਾਰੀ ਜਵਾਬ ਤਾਂ ਮਿਲਦਾ ਬਹੁਤ ਘੱਟ ਆ ਕਿ ਇਸ ਤਰ੍ਹਾਂ ਦੇ ਨਾਲ ਆਪਾਂ ਕਿਸੇ ਨੂੰ ਜਵਾਬ ਦੇ ਦਈਏ ਹੈ ਨਾ ਕਈ ਵਾਰੀ ਹੁੰਦਾ ਕਿ ਉਹਨਾਂ ਦੀ ਭਾਸ਼ਾ ਠੀਕ ਨਹੀਂ ਹੁੰਦੀ ਐ ਪੋਲੇ ਵਿੱਚ ਤਾਂ ਨਹੀਂ ਜਵਾਬ ਦੇ ਸਕਦੇ ਪਰ ਫਿਰ ਮਨਚ ਕੀ ਗੱਲਾਂ ਹੁੰਦਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੇ ਮੈਨੂੰ ਸਪੋਰਟ ਕਰਦੇ ਨੇ ਉਹ ਤਾਂ ਮੇਰੇ ਸਪੋਰਟਰ ਹੈਗੇ ਨੇ ਉਹਨਾਂ ਦਾ ਮੈਂ ਧੰਨਵਾਦ ਕਰਦੀ ਰਹਿਣੀ ਆ ਹਮੇਸ਼ਾ ਤੇ ਪਰ ਜਿਹੜੇ ਅਗੇਂਸਟ ਬੋਲਦੇ ਨੇ ਮੈਨੂੰ ਲੱਗਦਾ ਉਹ ਤੁਹਾਡੇ ਲਈ ਇੱਕ એનર્ਜੀ ਪ੍ਰੋਵਾਈਡਰ ਹੁੰਦੇ ਨੇ ਤੁਹਾਨੂੰ ਉਹ ਜਿਹੜਾ ਚੈਲੰਜ ਕਰਦੇ ਨੇ ਕਿ ਤੁਸੀਂ ਇਹ ਚੀਜ਼ ਕਰਕੇ ਦਿਖਾਓ ਤੇ ਆਪਣੇ ਆਪ ਨੂੰ ਇੱਕ ਬੂਸਟ ਮਿਲਦਾ ਕਿ ਹੁਣ ਮੈਂ ਚੀਜ਼ ਕਰਕੇ ਹੀ ਦਿਖਾਉਣੀ ਆ ਤੇ ਉਹ ਉਹਨਾਂ ਨੂੰ ਵੀ ਮੈਂ ਹਮੇਸ਼ਾ ਪੋਜ਼ਿਟਿਵ ਲੈਣ ਦੀ ਹੀ ਕੋਸ਼ਿਸ਼ ਕੀਤੀ ਆ ਤੇ ਲੈਂਦੀ ਰਹੀ ਆ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਮੈਂ ਸਭ ਦੇ ਕਮੈਂਟ ਵੀ ਪੜ ਸਕਾਂ ਮੈਂ ਰਿਪਲਾਈ ਵੀ ਕਰ ਸਕਾਂ ਜਿੰਨਾ ਕੁ ਮੇਰੇ ਤੋਂ ਹੁੰਦਾ ਔਰ ਮੈਂ ਆਪਣੇ ਇੰਸਟਾਗ੍ਰam ਪਰਿਵਾਰ ਜਾਂ ਫੇਸਬੁੱਕ ਪਰਿਵਾਰ ਦੇ ਨਾਲ ਅਕਸਰ ਮਤਲਬ ਮੇਲਜੋਲ ਬਿਠਾਉਣੀ ਰਹਿੰਦੀ ਆ ਵਧੀਆ ਗੱਲਬਾਤ ਹੁੰਦੀ ਰਹਿੰਦੀ ਆ ਸੋ ਉਹਨਾਂ ਸਭ ਦਾ ਵੀ ਮੈਂ ਧੰਨਵਾਦ ਕਰਦੀ ਆ ਪਰ ਇੱਕ ਚੀਜ਼ ਜੋ ਮੈਂ ਕਹਿਣੀ ਚਾਹਾਂਗੀ ਕਿ ਜਿਹੜਾ ਸਾਡਾ ਇੱਕ ਸੋਸ਼ਲ ਮੀਡੀਆ ਪਰਿਵਾਰ ਹੈ ਨਾ ਇਹ ਬਹੁਤ ਓਪਨ ਔਰ ਵਾਈਡ ਹੈ ਹਨਾ ਇੱਥੇ ਹਰ ਇੱਕ ਵਿਅਕਤੀ ਤੁਹਾਡੀ ਲਿਖੀ ਹੋਈ ਚੀਜ਼ ਪੜਦਾ ਸੋ ਆਪਣੀ ਭਾਸ਼ਾ ਦਾ ਇੱਕ ਦਾਇਰਾ ਔਰ ਭਾਸ਼ਾ ਸੱਭਿਅਕ ਹੋਣੀ ਚਾਹੀਦੀ ਹੈ ਉਹ ਕਿੰਨੀਆਂ ਹੀ ਕੁੜੀਆਂ ਪੜਦੀਆਂ ਨੇ ਕਿੰਨੀਆਂ ਹੀ ਮਾਵਾਂ ਪੜਦੀਆਂ ਨੇ ਇਥੋਂ ਤੱਕ ਹੋ ਸਕਦਾ ਤੁਹਾਡੇ ਰਿਸ਼ਤੇਦਾਰ ਤੁਹਾਡੀਆਂ ਭੈਣਾਂ ਵੀ ਪੜਦੀਆਂ ਹੁਣ ਸੋ ਉਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੋ ਔਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਮਾਰਚ ਦੇ ਵਿੱਚ ਮਹਿਲਾ ਦਿਵਸ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜੇਕਰ ਕਿਸੇ ਵੀ ਕੁੜੀ ਦੀ ਪੋਸਟ ਤੇ ਜਾਂ ਕਿਸੇ ਵੀ ਮਹਿਲਾ ਦੀ ਪੋਸਟ ਤੇ ਕਮੈਂਟ ਕਰਦੇ ਆ ਤਾਂ ਉਹਨੂੰ ਭਾਸ਼ਾ ਨੂੰ ਜ਼ਰੂਰ ਧਿਆਨ ਚ ਰੱਖੋ ਕਿਉਂਕਿ ਸਾਡਾ ਫਰਜ਼ ਬੰਦਾ ਸੀ ਹਰ ਕਿਸੇ ਦਾ ਸਤਿਕਾਰ ਕਰੀਏ ਜੇਕਰ ਸਾਨੂੰ ਕੁਝ ਵੀ ਗਲਤ ਲੱਗਦਾ ਤਾਂ ਬਹੁਤ ਇੱਕ ਸੁਚੱਜੇ ਢੰਗ ਦੇ ਨਾਲ ਆਪਾਂ ਉਹਨਾਂ ਨੂੰ ਉਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰੀਏ ਜੀ ਚੋਰਨ ਜੀ ਤੁਸੀਂ ਤਾਂ ਕਹਿ ਦਿੱਤਾ ਕਿ ਭਈ ਅਸੀਂ ਇੱਕ ਵਾਰੀ ਸਿਆਸਤ ਤੋਂ ਛੱਡ ਕੇ ਪਾਸੇ ਹੋ ਗਏ ਹੈਨਾ ਜੀ ਪਰ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਵੀ ਸਵਾਲ ਕਰਦੇ ਆ ਵੈਸੇ ਸਵਾਲ ਬਣਦਾ ਵੀ ਆ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਸੀਗੇ ਜਿਹੜੇ ਉਹਨਾਂ ਨੂੰ ਤੁਸੀਂ ਤਾਂ ਹੁਣ ਆਪਣੇ ਗਾਇਕੀ ਦੇ ਲਈ ਕਿਤੇ ਤਾਂ ਸੀ ਕਿਤੇ ਕੱਲ ਨੂੰ ਕੇ ਬਈ ਉਹਦੇ ਲਈ ਪ੍ਰੀਪੇਅਰ ਕਰ ਰਹੇ ਸੀ ਪਹਿਲਾਂ ਇਹਦੇ ਵਿੱਚ ਹੀ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮਸ ਆ ਜਿਦਾਂ ਫੇਸਬੁੱਕ ਇੰਸਟਾਗ੍ਰam ਚਲੋ ਹੁੰਦਾ ਹਰ ਇੱਕ ਨੂੰ ਕਿ ਬਈ ਅਸੀਂ ਉਹਦੇ ਤੇ ਆਪਣੇ ਫੈਨਸ ਬਣਾਈਏ ਜਾਂ ਕਹਿੰਦੇ ਕਿ ਫੋਲੋਅਰ ਆਉਣ ਸਾਨੂੰ ਕਿਤੇ ਤਾਂ ਸੀ ਪਹਿਲਾਂ ਹੀ ਪ੍ਰੀਪੇਅਰਡ ਕਿ ਬਈ ਇਧਰਲੇ ਪਾਸੇ ਸਿਆਸਤ ਵਾਲੇ ਪਾਸੇ ਬਿਸ਼ੱਕ ਘਟ ਰਹੀ ਹੈ ਇਹ ਕੰਮ ਕਿਉਂਕਿ ਸਿਆਸਤ ਤਾਂ ਚਲੋ 2018 ਦੇ ਵਿੱਚ ਤੁਸੀਂ ਛੱਡਾਇਆ ਉਧਰੋਂ ਪਾਰਟੀ 'ਚ ਤਾਂ ਆ ਗਏ ਵਾਰਫ ਹੋਈ ਕਿ ਤੇਤਨ ਸੀ ਉਸ ਤੋਂ ਬਾਅਦ ਕਿ ਭਾਈ ਲਗਾਤਾਰ ਲੱਗਦੇ ਰਹੀਏ ਥੋੜਾ ਜਿਹਾ ਬੋਲਦੇ ਰਹੀਏ ਮਾਹੌਲ ਬਣਾ ਕੇ ਰੱਖੀਏ ਐਕਟਿਵ ਰੱਖੀਏ ਆਡੀਅנס ਨੂੰ ਕੱਲ ਨੂੰ ਗਾਣਾ ਗੁਣਾ ਕਰਨਾ ਤੇ ਉਦੋਂ ਫਿਰੇ ਕੰਮ ਆਊਗੀ ਆਡੀਅנס ਨਹੀਂ ਦੇਖੋ ਜਦੋਂ ਸੋਸ਼ਲ ਮੀਡੀਆ ਪਲੈਟਫਾਰਮ ਸਟਾਰਟ ਕੀਤੇ ਸੀਗੇ ਪਹਿਲਾਂ ਤਾਂ ਜਦੋਂ ਮੈਂ 2018 ਦੇ ਵਿੱਚ ਜਾ ਕੇ ਆਪਣਾ ਸੋਸ਼ਲ ਮੀਡੀਆ ਫੇਸਬੁੱਕ ਪਲੈਟਫਾਰਮ ਕ੍ਰੀਏਟ ਕੀਤਾ ਕਿਉਂਕਿ ਉਸ ਤੋਂ ਪਹਿਲਾਂ ਮੇਰੇ ਪੇਜ ਕੋਈ ਹੋਰ ਲੋਕ ਚਲਾਈ ਜਾਂਦੇ ਸੀ ਹੈਨਾ ਤੇ ਮੇਰੇ ਨਾਂ ਦੇ ਬੜੇ ਪੇਜ ਬਣੇ ਹੋਏ ਸੀ ਜੀ ਜੀ ਹੈਨਾ ਸੋ ਮੈਨੂੰ ਨਹੀਂ ਪਤਾ ਸੀ ਮੈਨੂੰ ਤਾਂ ਕਾਫੀ ਜਾਣੇ ਫਿਰ ਲੋਕਾਂ ਨੇ ਕਿਹਾ ਕਿ ਤੁਸੀਂ ਆਪਣਾ ਪੇਜ ਖੁਦ ਜਨਰੇਟ ਕਰੋ ਮੈਂ ਉਸ ਤੋਂ ਬਾਅਦ ਕੀਤਾ ਔਰ ਇਸ ਸੋਸ਼ਲ ਮੀਡੀਆ ਪਲੈਟਫਾਰਮ ਚਲਾਉਣ ਦਾ ਵੀ ਮਕਸਦ ਇਹੀ ਸੀਗਾ ਕਿ ਅਸੀਂ ਆਪਣੇ ਵਿਚਾਰ ਲੋਕਾਂ ਦੇ ਨਾਲ ਸਾਂਝੇ ਕਰ ਸਕੀਏ ਕਿਉਂਕਿ ਟੈਕਨੀਕਲ ਜ਼ਮਾਨਾ ਸੋਸ਼ਲ ਮੀਡੀਆ ਦਾ ਹੀ ਜ਼ਮਾਨਾ ਹੈ ਅੱਜ ਦਾ ਯੁੱਗ ਸੋ ਏ ਵੀ ਸੀਗਾ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਬਣਾਉਂਦਾ ਪਰ ਲੋਕ ਖੁਦ ਵਾ ਖੁਦ ਨਾਲ ਜੁੜਦੇ ਗਏ ਮੈਂ ਸਭ ਦਾ ਧੰਨਵਾਦ ਕਰਦੀ ਆ ਉਦੋਂ ਇਦਾਂ ਦਾ ਕੁਝ ਵੀ ਨਹੀਂ ਸੋਚਿਆ ਸੀਗਾ ਕਿ ਇਨਾ ਪਲੈਟਫਾਰਮਸ ਨੂੰ ਆਪਾਂ ਅੱਗੇ ਜਾ ਕੇ ਸਿੰਗਿੰਗ ਦੇ ਲਈ ਯੂਜ਼ ਕਰਨਾ ਸੋ ਪਰ ਮੇਰਾ ਸੋਸ਼ਲ ਮੀਡੀਆ ਪਲੈਟਫਾਰਮ ਉਸ ਤੇ ਸਾਰੇ ਹੀ ਮੇਰੇ ਲੋਕ ਨੇ ਸੋ ਉਹਨਾਂ ਨੇ ਮੈਨੂੰ ਸਿੰਗਿੰਗ ਦੇ ਵਿੱਚ ਵੀ ਉਹਨਾਂ ਹੀ ਸਪੋਰਟ ਕੀਤਾ ਔਰ ਜਿਹੜੀ ਚੀਜ਼ ਹਰ ਇੱਕ ਵਿਅਕਤੀ ਕੋਲੇ ਹੁੰਦੀ ਹੈ ਤਾਂ ਉਹ ਉਹਨੂੰ ਆਪਣੇ ਲਈ ਯੂਜ਼ ਕਰਨ ਦੀ ਕੋਸ਼ਿਸ਼ ਕਰਦਾ ਹੀ ਹੈ ਸੋ ਮੈਂ ਜਿੰਨੇ ਵੀ ਮੇਰੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਸਾਥੀ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਲਤ ਮੇਰੇ ਪਲੇਟਫਾਰਮ ਬਣੇ ਤੇ ਮੈਂ ਆਪਣਾ ਗਾਣਾ ਉਹਨਾਂ ਤੇ ਸ਼ੇਅਰ ਕਰ ਸਕੀ ਔਰ ਮੈਨੂੰ ਜਿਹੜੀ ਸਭ ਤੋਂ ਵਧੀਆ ਗੱਲ ਗਿਓ ਹੈ ਕਿ ਮੈਂ ਜਦੋਂ ਜਿਸ ਦਿਨ ਗਾਣਾ ਪੋਸਟ ਕੀਤਾ ਤੇ ਮੈਂ ਜਦੋਂ ਸਵੇਰੇ ਉੱਠ ਕੇ ਸੋਸ਼ਲ ਮੀਡੀਆ ਚਲਾਇਆ ਤਾਂ ਸਾਰੀ ਫੇਸਬੁੱਕ ਸਾਰੀ ਇੰਸਟਾਗ੍ਰam ਤੇ ਲੋਕਾਂ ਨੇ ਮੇਰੀਆਂ ਪੋਸਟਾਂ ਪਾਈਆਂ ਹੋਈਆਂ ਸੀ ਸੋ ਬੜੀ ਖੁਸ਼ੀ ਹੁੰਦੀ ਆ ਅੱਜ ਵੀ ਮੈਨੂੰ ਟੈਗ ਕਰਦੇ ਨੇ ਮੈਂਸ਼ਨ ਕਰਦੇ ਨੇ ਸਟੋਰੀਜ਼ ਦੇ ਵਿੱਚ ਸੋ ਸਭ ਦਾ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ ਅੱਛਾ ਨਬਜੋ ਤੱਪਾ ਥੋੜਾ ਗਾਇਕੀ ਦੀ ਗੱਲ ਹੀ ਹੋਰ ਖੋਲਗੇ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਡਿਊਟੀ ਵਗੈਰਾ ਕਰਨ ਦਾ ਵੀ ਸੋਚਿਆ ਕਿ ਹਾਲੇ ਸੋলো ਹੀ ਨਹੀਂ ਦੇਖੋ ਜਦੋਂ ਤੁਸੀਂ ਇਸ ਸਿੰਗਿੰਗ ਦੇ ਵਿੱਚ ਪ੍ਰੋਫੈਸ਼ਨਲੀ ਐਂਟਰ ਹੀ ਕਰ ਗਏ ਹੋ ਤਾਂ ਜਿਸ ਤਰ੍ਹਾਂ ਦਾ ਵੀ ਕੰਮ ਤੁਹਾਨੂੰ ਇਸ ਫੀਲਡ ਦੇ ਵਿੱਚ ਕਰਨ ਦੀ ਲੋੜ ਹੈ ਸੋ ਜ਼ਰੂਰ ਕਰਾਂਗੇ ਚਾਹੇ ਉਹ ਸਿੰਗਿੰਗ ਹੈ ਚਾਹੇ ਉਹ ਫਿਲਮਾਂ ਨੇ ਔਰ ਮੇਰੇ ਨਾਲ ਕੁਝ ਕੰਪਨੀਆਂ ਉਹ ਇਨ ਟੱਚ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਹੁੰਦੀ ਰਹਿੰਦੀ ਹੈ ਪਰ ਉਹੀ ਹੈ ਕਿ ਆਪਣਾ ਥੋੜਾ ਜਿਹਾ ਦਾਇਰਾ ਥੋੜੀ ਜੀ ਪਾਸ਼ਾ ਉਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦੇ ਕੇ ਹੀ ਕਿੜਾ ਕੋਈ ਖਾਸ ਕੋਈ ਸਿੰਗਰ ਹੋਵੇ ਜਿਹਦੇ ਨਾਲ ਹੋਵੇ ਕਿ ਬਾਈ ਇਹਦੇ ਨਾਲ ਕੰਮ ਕਰਨਾ ਚਾਹੁੰਦੇ ਹੂੰ ਮਨਚ ਹੁੰਦੀ ਹੈ ਇੱਛਾ ਵੀ ਨਿੱਕੇ ਹੁੰਦੇ ਤੋ ਜਾਂ ਹੁਣ ਵੀ ਇੱਛਾ ਹੋਵੇ ਕਿ ਨਹੀਂ ਹਲੇ ਨਹੀਂ ਮੈਂ ਅੱਦਾਂ ਦਾ ਕੁਝ ਵੀ ਸੋਚਿਆ ਹੈ ਕਿਉਂਕਿ ਫਿਲਹਾਲ ਮੇਰਾ ਫੋਕਸ ਖੁਦ ਤੇ ਹੈ ਬਾਕੀ ਮੈਂ ਸੁਣਦੀ ਹਰ ਇੱਕ ਸਿੰਗਰ ਨੂੰ ਆ ਚਾਹੇ ਉਹ ਨਵਾਂ ਹੈ ਚਾਹੇ ਉਹ ਪੁਰਾਣਾ ਹੈ ਚਾਹੇ ਉਹ ਪੰਜਾਬੀ Song ਆਉਂਦਾ ਚਾਹੇ ਉਹ ਹਿੰਦੀ Song ਆਉਂਦਾ ਕਿਉਂਕਿ ਇਸ ਫੀਲਡ ਦੇ ਵਿੱਚ ਤੁਹਾਡੀ ਲਰਨਿੰਗ ਤੁਹਾਡਾ ਐਕਸਪੋਜ਼ਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਸ ਫੀਲਡ ਨੂੰ ਅਸੀਂ ਬਹੁਤ ਡਿੰਗਾਈ ਦੇ ਨਾਲ ਵੇਖਦੇ ਆ ਤਾਂ ਬਹੁਤ ਸਾਰੀਆਂ ਵੈਰਾਈਟੀਆਂ ਨੇ ਮਿਊਜ਼ਿਕ ਫੀਲਡ ਦੇ ਵਿੱਚ ਵੀ ਸੋ ਤੁਹਾਨੂੰ ਹਰ ਇੱਕ ਫੀਲਡ ਬਾਰੇ ਨੋਲੇਜ ਹੋਣੀ ਜ਼ਰੂਰੀ ਹੈ ਸੋ ਹਰ ਇੱਕ ਨੂੰ ਸੁਨੋ ਮੈਂ ਸਭ ਨੂੰ ਇਹ ਕਹਾਂਗੀ ਹਰ ਇੱਕ ਸਿੰਗਰ ਨੂੰ ਸੁਨੋ ਚਾਹੇ ਉਹ ਸਟ੍ਰੇਟ ਗਾਉਂਦਾ ਚਾਹੇ ਉਹ ਕਲਾਸਿਕਲ ਗਾਉਂਦਾ ਤੇ ਹਰ ਇੱਕ ਸਿੰਗਰ ਦੀ ਰਿਸਪੈਕਟ ਕਰੋ ਕਿਉਂਕਿ ਕੋਈ ਵੀ ਆਰਟਿਸਟ ਹੈ ਤਾਂ ਉਹਦੇ ਵਿੱਚ ਇੱਕ ਆਰਟ ਹੈ ਜਿਸ ਦੇ ਕਰਕੇ ਉਹ ਸਟੇਜ ਤੇ ਪਰਫਾਰਮ ਕਰ ਪਾਰਿਆ ਉਹਨੂੰ ਲੋਕ ਪਸੰਦ ਕਰਦੇ ਨੇ ਅੱਛਾ ਇੱਕ ਚੀਜ਼ ਹੋਰ ਇੰਡਸਟਰੀ ਚੱਲਦੀ ਤੁਹਾਨੂੰ ਪਤਾ ਕਿ ਕੰਟਰੋਵਰਸੀ ਫਲਾਣੇ ਦੀ ਫਲਾਣੇ ਨਾਲ ਕੰਟਰੋਵਰਸੀ ਹੈ ਫਲਾਣੇ ਦੀ ਫਲਾਣੇ ਤੇ ਨਵਜੂਦ ਕਰ ਲੰਬੀ ਤੇ ਨਹੀਂ ਕਦੇ ਦਿਮਾਗ ਦੇ ਵਿੱਚ ਆਇਆ ਕਿ ਵੀ ਆਹ ਕੰਟਰੋਵਰਸੀ ਵਾਲਾ ਕੰਮ ਜਿਆ ਕਰਕੇ ਦੇਖੀਏ ਕਦੇ ਜਾਂ ਕਿਤੇ ਕਰਨਾ ਹੋਵੇ ਨਹੀਂ ਨਹੀਂ ਐਦਾਂ ਦਾ ਬਿਲਕੁਲ ਵੀ ਨਹੀਂ ਹੈ ਤੁਸੀਂ ਆਪਣੇ ਕੰਮ ਤੇ ਫੋਕਸ ਕਰੋ ਲੋਕ ਤੁਹਾਨੂੰ ਜਰੂਰ ਸਪੋਰਟ ਕਰਦੇ ਨੇ ਜਰੂਰ ਨਹੀਂ ਜਰੂਰੀ ਨਹੀਂ ਤਕੇ ਨਾਲ ਹੀ ਆ ਗਿਆ ਕੀ ਕਰ ਲਈ ਫੇਰ ਕੀ ਕਰੋਗੇ ਨਹੀਂ ਦੇਖੋ ਪਹਿਲਾਂ ਵੀ ਹੁੰਦਾ ਹੀ ਰਿਹਾ ਸੀਗਾ ਇਸ ਫੀਲਡ ਦੇ ਵਿੱਚ ਪਰ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਉਸ ਵਿਅਕਤੀ ਨੂੰ ਲੈ ਕੇ ਰਿਐਕਟ ਕਰਨਾ ਰਿਸਪੌਂਸ ਕਰਨਾ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਚਾਹੇ ਕੰਟਰੋਵਰਸੀ ਦੇ ਵਿੱਚ ਆ ਕੇ ਹਿੱਟ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਕੰਮ ਤੇ ਫੋਕਸ ਕਰਕੇ ਵੀ ਤੁਸੀਂ ਹਿੱਟ ਹੋ ਸਕਦੇ ਹੋ ਲੋਕ ਤੁਹਾਡਾ ਸਾਥ ਦਿੰਦੇ ਨੇ ਬਾਕੀ ਇਹ ਹੁੰਦਾ ਨਾ ਕਿ ਇਸ ਫੀਲਡ ਦੇ ਵਿੱਚ ਗੱਲ ਹੁੰਦੀ ਹੈ ਕਿ ਕੰਪੀਟੀਸ਼ਨ ਦੀ ਤੁਸੀਂ ਆਪ ਦਾ ਕੰਪੀਟੀਸ਼ਨ ਕਿਹਦੇ ਨਾਲ ਮੰਨਦੇ ਹੋ ਸੋ ਮੈਂ ਹਲੇ ਇਸ ਫੀਲਡ ਦੇ ਵਿੱਚ ਨਵੀਂ ਆ ਸਾਰੇ ਹੀ ਆਰਟਿਸਟ ਚਾਹੇ ਉਹ ਮੇਲ ਆਰਟਿਸਟ ਨੇ ਫੀਮੇਲ ਆਰਟਿਸਟ ਨੇ ਸਾਰੇ ਮੇਰੇ ਤੋਂ ਵੱਡੇ ਨੇ ਮੇਰੇ ਤੋਂ 8 8 10 10 ਸਾਲ ਵੱਡੇ ਨੇ ਸੋ ਮੈਂ ਉਹਨਾਂ ਤੋਂ ਸਿੱਖ ਰਹੀ ਹਾਂ ਲਰਨਿੰਗ ਹੋ ਰਹੀ ਆ ਬਾਕੀ ਕੰਪੀਟੀਸ਼ਨ ਔਰ ਕੰਟਰੋਵਰਸੀ ਨੂੰ ਤਾਂ ਇਹ ਤਾਂ ਹੈ ਨਹੀਂਗਾ ਕਿ ਮੈਂ ਕੋਈ جنگ ਲੜਨ ਜਾ ਰਹੀ ਹਾਂ ਹਨਾ ਸੋ ਇੱਕ ਫੀਲਡ ਹੈ ਉਹ ਵੀ ਗਾ ਰਹੇ ਨੇ ਮੈਂ ਵੀ ਗਾ ਰਹੀ ਹਾਂ ਲੋਕ ਉਹਨਾਂ ਉਹ ਵੀ ਸੁਣਦੇ ਨੇ ਤੇ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰੇ ਮੈਨੂੰ ਵੀ ਜਰੂਰ ਸੁਣੋ ਹਾਂ ਠੀਕ ਹੈ ਭਾਈ ਤੁਸੀਂ ਉਹਨਾਂ ਨੂੰ ਸੁਣਦੇ ਤਾਂ ਨਾਲ ਨਾਲ ਮੈਨੂੰ ਵੀ ਸੁਣਨ ਦਾ ਹੱਕ ਬੰਦਾ ਆਪਣਾ ਜੀ ਜੀ ਬਾਕੀ ਇਹ ਹੈ ਕਿ ਹਾਂ ਤੁਸੀਂ ਆਪਦਾ ਇੱਕ ਵਧੀਆ ਟੰਗ ਦੇ ਨਾਲ ਗਾਉਂਦੇ ਰਹੋ ਜੋ ਲੋਕਾਂ ਦੀਆਂ ਤੁਹਾਡੇ ਤੋਂ ਉਮੀਦਾਂ ਨੇ ਉਹਨਾਂ ਉਮੀਦਾਂ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰੋ ਲੋਕ ਤੁਹਾਡੀ ਗਾਇਕੀ ਨੂੰ ਪਸੰਦ ਕਰਨ ਤੁਹਾਡੀ ਪਰਸਨੈਲਿਟੀ ਨੂੰ ਪਸੰਦ ਕਰਨ ਤੇ ਪਰਮਾਤਮਾ ਨੂੰ ਯਾਦ ਰੱਖੋ ਆਪਣੇ ਮਾਪਿਆਂ ਦਾ ਅਸ਼ੀਰਵਾਦ ਲੈ ਕੇ ਅੱਗੇ ਚੱਲੋ ਤਾਂ ਡੈਫੀਨੇਟਲੀ ਜੇ ਤੁਸੀਂ ਪੋਜ਼ਿਟਿਵ ਹੋ ਤਾਂ ਤੁਹਾਨੂੰ ਇੱਕ ਨਾ ਇੱਕ ਦਿਨ ਸਫਲਤਾ ਤਾਂ ਮਿਲਣੀ ਹੀ ਹੈ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਐ ਸਿੰਗਿੰਗ 'ਚ ਪੋਲਿਟਿਕਸ ਦੇ ਵਿੱਚ ਸਟੱਡੀ ਦੇ ਫੀਲਡ ਦੇ ਜਾਂ ਤੁਹਾਡੀ ਪੱਤਰਕਾਰੀ ਵਾਲੀ ਲਾਈਨ ਦੇ ਵਿੱਚ ਕਿਉਂਕਿ ਸਟਰਗਲ ਇਸ ਵਕਤ ਹਰ ਫੀਲਡ ਦੇ ਵਿੱਚ ਹੀ ਐ ਕਿਉਂਕਿ ਜਿਹੜਾ ਜਮਾਨਾ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਹੈ ਨਹੀਂ ਜੇ ਤੁਸੀਂ ਬੋਲਦੇ ਸੀਗੇ ਗੱਲ ਕਰ ਮੈਂ ਤੁਹਾਨੂੰ ਟੋਕ ਦਿੱਤਾ ਆਪਣੇ ਪਿੰਡਾਂ ਚ ਹੁੰਦਾ ਮੀਵੀ ਵੀ ਤੂੰ ਪੱਤਰਕਾਰ ਬਣ ਜਾ ਕਿਸੇ ਨੇ ਆਖਿਆ ਨਹੀਂ ਪੱਤਰਕਾਰ ਬਣ ਜਾ ਨਵਜੋ ਤੂੰ ਨਹੀਂ ਮੈਨੂੰ ਮੈਨੂੰ ਬੜੇ ਜਾਣੇ ਕਹਿੰਦੇ ਹੁੰਦੇ ਨੇ ਕਿ ਤੂੰ ਬੜਾ ਸੋਹਣਾ ਬੋਲਦੀ ਸੀਗੀ ਜਾਂ ਤੂੰ ਪੱਤਰਕਾਰੀ ਦਾ ਕੰਮ ਸ਼ੁਰੂ ਕਰ ਲੈਣਾ ਸੀਗਾ ਮੈਂ ਕਿਹਾ ਜੀ ਨਹੀਂ ਪੱਤਰਕਾਰ ਹੋਰ ਬਥੇਰੇ ਹੈਗੇ ਨੇ ਆਪਾਂ ਨੂੰ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੋ ਹਨਾ ਤੇ ਬਾਕੀ ਇਹ ਸੀਗਾ ਕਿ ਜੇ ਪੱਤਰਕਾਰਤਾ ਫੇਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਸੀਗਾ ਕਿ ਬਿਲਕੁਲ ਰਾਜਨੀਤੀ ਦੇ ਬਰੋਬਰ ਜੇ ਹੀ ਆ ਜਾਂਦੀ ਹੈ ਹਨਾ ਕਿ ਤੁਹਾਡਾ ਇੱਕ ਦਾਇਰਾ ਔਰ ਅੱਜ ਦੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਮੋਸਟਲੀ ਇਹ ਹੈ ਕਿ ਜਿੰਨੀਆਂ ਵੀ ਇੰਟਰਵਿਊਜ਼ ਹੁੰਦੀਆਂ ਨੇ ਜਾਂ ਮੀਡੀਆ 'ਚ ਜੋ ਵੀ ਚੱਲਦਾ ਉਹ ਪੋਲਿਟਿਕਸ ਦੇ ਅਰਾਊਂਡ ਹੀ ਲੋਕ ਜ਼ਿਆਦਾਤਰ ਸੁੰਣਾ ਪਸੰਦ ਕਰਦੇ ਨੇ ਕਿ ਰਾਜਨੀਤੀ ਦੇ ਵਿੱਚ ਕੀ ਚੱਲਿਆ ਸੋ ਸਿਮਿਲਰ ਦਾ ਫੀਲਡ ਹੋ ਜਾਂਦਾ ਔਰ ਦੂਸਰਾ ਮੈਨੂੰ ਸ਼ੌਂਕ ਸੀ ਸਿੰਗਿੰਗ ਦਾ ਜਿਹੜੀ ਵੱਡੀ ਗੱਲ ਹੈ ਹਨਾ ਤੇ ਮੈਂ ਸਿੰਗਿੰਗ ਦੀ ਸਟੱਡੀ ਵੀ ਕਰ ਰਹੀ ਸੀਗੀ ਮੈਂ ਜਰਨਲਿਜ਼ਮ ਦੀ ਸਟੱਡੀ ਦੀ ਵੀ ਨਹੀਂ ਕੀਤੀ ਸੀਗੀ ਤਾਂ ਕਰਕੇ ਸੋ ਜਿਸ ਫੀਲਡ ਦੇ ਵਿੱਚ ਮੈਨੂੰ ਲੱਗਦਾ ਤੁਸੀਂ ਆਪਣਾ ਬੈਸਟ ਦੇ ਸਕਦੇ ਹੋ ਤੁਹਾਨੂੰ ਉਸ ਫੀਲਡ ਦੇ ਵਿੱਚ ਜਾਣਾ ਚਾਹੀਦਾ ਚਲੋ ਠੀਕ ਹੈ ਨਵਜੋਤੇ ਜੇ ਕੱਲ ਨੂੰ ਸਵਾਬਣ ਦਾ ਇਲੈਕਸ਼ਨ ਲੜਨ ਵਾਲਾ ਕਿਤੇ ਜਾ ਕੇ ਆਨਲਾਈਨ ਟਾਈਮ 'ਚ ਆ ਕੇ ਤਾਂ ਕਿਹੜਾ ਮਤਲਬ ਤੁਸੀਂ ਚਾਹੋਗੇ ਕਿ ਭਾਈ ਕਿਸ ਉਮੀਦਵਾਰ ਦੇ ਤੌਰ ਦੇ ਉੱਤੇ ਇਲੈਕਸ਼ਨ ਲੜੋ ਐਮ ਐਲ ਏ ਐਮ ਪੀ ਜਾਂ ਕੋਈ ਹੋਰ ਜਾਂ ਕੋਈ ਉੱਪਰ ਵਾਲਾ ਜਾਂ ਕੋਈ ਥੱਲੇ ਵਾਲਾ ਇਹ ਤਾਂ ਫਿਰ ਉਸ ਵਕਤ ਸਮੇਂ ਦੇ ਅਨੁਸਾਰ ਸੋਚਿਆ ਜਾ ਸਕਦਾ ਨਹੀਂ ਨਹੀਂ ਹਲੇ ਨਹੀਂ ਮੈਂ ਸੋਚਿਆ ਕਿਉਂਕਿ ਹਲੇ ਤੱਕ ਤਾਂ ਮੇਰੀ ਉਮਰ ਹੀ ਨਹੀਂ ਆ ਪਾ ਰਹੇਗੀ ਤੇ ਉਸ ਵਕਤ ਜੋপরিসਥਿਤੀਆਂ ਹੋਣਗੀਆਂ ਸਮੇਂ ਦੇ ਅਨੁਸਾਰ ਲੋਕਾਂ ਦਾ ਕੀ ਰੁਝਾਨ ਹੋਏਗਾ ਕੀ ਰਿਸਪੌਂਸ ਹੋਏਗਾ ਪੱਤੇ ਬਹੁਤ ਘੱਟ ਖੋਲਦੇ ਤੁਸੀਂ ਪਤਾ ਨਹੀਂ ਕੀ ਚੱਕਰ ਲਕੋ ਕੇ ਰੱਖਦੇ ਹੋ ਕਿ ਚੱਕਰਾ ਨਹੀਂ ਦੇਖੋ ਇਸ ਫੀਲਡ ਦੇ ਵਿੱਚ ਰਹਿ ਕੇ ਇਹਨਾਂ ਨੇ ਸਿੱਖ ਲਿਆ ਕਿ ਪੱਤੇ ਘੱਟ ਖੋਲਣੇ ਚਾਹੀਦੇ ਸਟਾਰਟਿੰਗ ਦੇ ਵਿੱਚ ਸਾਰੇ ਪੱਤੇ ਖੋਲ ਦਿੱਤੇ ਜਾਂਦੇ ਸੀਗੇ ਸੋ ਬਾਕੀ ਕੋਈ ਨਹੀਂ ਜਦੋਂ ਰਾਜਨੀਤਿਕ ਕਰਨ ਤੇ ਆਏ ਤਾਂ ਫਿਰ ਆਪਾਂ ਪੂਰਨ ਰੂਪ ਚ ਰਾਜਨੀਤੀ ਹੀ ਕਰਾਂਗੇ ਅੱਛਾ ਜੀ ਕਿਸੇ ਸਿਆਸੀ ਪਾਰਟੀ 'ਚ ਹੀ ਜਾਣ ਦਾ ਮਤਲਬ ਹੈ ਹੈ ਨਹੀਂ ਹਲੇ ਹਲੇ ਨਹੀਂ ਮੈਂ ਹਲੇ ਕੁਝ ਵੀ ਨਹੀਂ ਇਸ ਬਾਬਤ ਸੋਚਿਆ ਵੀ ਨਹੀਂਗਾ ਤੁਸੀਂ ਕਿਹਾ ਕਿ ਸ਼ਾਇਦ ਮੈਂ ਤੁਹਾਡੇ ਨਾਲ ਸਾਂਝਾ ਨਹੀਂ ਕਰ ਪਰ ਹੀ ਨਹੀਂ ਮੈਂ ਹਲੇ ਸੋਚਿਆ ਹੀ ਨਹੀਂ ਆ ਕਿਉਂਕਿ ਫਿਲਹਾਲ ਮੇਰਾ ਫੋਕਸ ਹੀ ਇਹ ਹੈ ਕਿ ਮੈਂ ਆਪਣਾ 뮤직 ਤੇ ਔਰ ਸਟੱਡੀ ਤੇ ਫੋਕਸ ਕਰਾਂ ਕਿਉਂਕਿ ਮੇਰੀ ਨਾਲ-ਨਾਲ ਸਟੱਡੀ ਚੱਲ ਰਹੀ ਆ ਔਰ ਨਾਲ-ਨਾਲ 뮤직 ਦਾ ਚੱਲ ਰਿਹਾ ਸੋ ਦੋਨੋਂ ਚੀਜ਼ਾਂ ਮੈਨੂੰ ਲੱਗਦਾ ਇੱਕ ਤਾਂ ਮੇਰਾ ਸ਼ੌਂਕ ਹੈ ਔਰ ਪੜ੍ਹਾਈ ਮੈਨੂੰ ਇਹ ਲੱਗਦਾ ਕਿ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਚਾਹੇ ਉਹ ਮੁੰਡਾ ਚਾਹੇ ਉਹ ਕੁੜੀਆ ਸਾਡੀ ਨੌਲੇਜ ਦੇ ਵਿੱਚ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਕਿਸ ਤਰ੍ਹਾਂ ਦਾ ਸਾਡੇ ਵਿੱਚ ਡਿਸਪਲਿਨ ਹੋਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਪੜ੍ਹਾਈ ਹੀ ਸਿਖਾਉਂਦੀ ਹੈ ਜ਼ਰੂਰੀ ਨਹੀਂ ਕਿ ਤੁਸੀਂ ਜੌਬ ਕਰਨੀ ਹੈ ਹਨਾ ਤੁਹਾਡੀ ਲਰਨਿੰਗ ਤੁਹਾਨੂੰ ਬਹੁਤ ਜ਼ਿਆਦਾ ਤਜਰਬਾ ਤੁਹਾਨੂੰ ਇਤਿਹਾਸ ਦੀ ਜਾਣਕਾਰੀ ਮਤਲਬ ਮੈਨੂੰ ਲੱਗਦਾ ਜੇਕਰ ਤੁਸੀਂ ਕਿਸੇ ਵੀ ਕਿਤਾਬ ਦੇ ਵਿੱਚ ਲਿਖੀ ਇੱਕ ਲਾਈਨ ਵੀ ਪੜ੍ਹੋਗੇ ਨਾ ਤਾਂ ਤੁਹਾਨੂੰ ਬਹੁਤ ਜਾਣਕਾਰੀ ਦੇ ਦੇਗੀ ਉਹ ਭਾਸ਼ਾ ਦੇ ਸਬੰਧੀ ਹੋ ਸਕਦੀ ਹੈ ਉਹ ਸੈਂਟੈਂਸ ਫਾਰਮੇਸ਼ਨ ਦੇ ਸਬੰਧੀ ਹੋ ਸਕਦੀ ਹੈ ਉਹ ਹੋ ਸਕਦਾ ਕੋਈ ਹਿਸਟਰੀ ਦੀ ਤੁਹਾਨੂੰ ਜਾਣਕਾਰੀ ਦੇ ਦੇ ਸੋ ਮੇਰਾ ਫੋਕਸ ਪੜ੍ਹਾਈ ਤੇ ਸਟੱਡੀ ਤੇ ਹੈ ਇਸ ਵਾਰ ਅੱਛਾ ਸਟੱਡੀ ਦੇ ਵਿੱਚ ਕੀ ਕੀ ਤੁਸੀਂ ਹੁਣ ਤੱਕ ਕਰ ਲਿਆ ਜਰਾ ਉਹ ਵੀ ਸਾਫ਼ ਕਰੋ ਮੈਂ ਅਸਟ੍ਰੇਲੀਆ ਦੀ ਯੂਨੀਵਰਸਿਟੀ ਗਈ ਸੀ ਪੰਜਾਬੀ ਯੂਨੀਵਰਸਿਟੀ ਉੱਥੇ ਵੀ ਤੁਸੀਂ ਕਲੀਪ ਜੱਕ ਪਾਇਆ ਸੀ ਕਿ ਬਈ ਤੁਹਾਨੂੰ ਜਿਹੜਾ ਮੇਰੇ ਖਿਆਲ ਨਾਲ ਤੁਹਾਡਾ ਰੈਂਕ ਫਰਸਟ ਆਇਆ ਹੈ ਜੀ ਜੀ ਅੱਛਾ ਉਹ ਵੀ ਦੱਸਿਓ ਪਲੀਜ਼ ਕੀ ਜੀ ਮੈਂ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਮ ਐਸ ਸੀ ਜੀਓਗ੍ਰਾਫੀ ਦੇ ਵਿੱਚੋਂ 골ਡ ਮੈਡਲਿਸਟਾਂ ਮੈਂ ਫਰਸਟ ਪੋਜੀਸ਼ਨ ਅਚੀਵ ਕੀਤੀ ਹੈ ਮੇਰੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਸਭ ਤੋਂ ਵੱਡਾ ਸ਼ੁਕਰੀਆ ਮੇਰੇ ਸੋਸ਼ਲ ਮੀਡੀਆ ਵਾਲੇ ਭਰਾਵਾਂ ਦਾ ਜਿਹੜੇ ਮੈਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਹੁੰਦੇ ਕੁੜੀਏ ਪੜhla ਪੜhla ਕੁੜੀਏ ਪੜ੍ਹਾਈ ਕਰ ਲਾ ਬਾਕੀ ਤੈਨੂੰ ਕੁਝ ਨਹੀਂ ਮਿਲਣਾ ਸੋ ਇਹ ਮੇਰੀ ਅਚੀਵਮੈਂਟ ਉਹਨਾਂ ਦੇ ਕਰਕੇ ਆ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਮੈਨੂੰ ਇਹ ਅਹਿਸਾਸ ਕਰਵਾਉਂਦੇ ਰਹੇ ਕਿ ਕਿਤੇ ਮੈਂ ਪਿੱਛੇ ਨਾ ਰਹਿ ਜਾਵਾਂ ਸੋ ਮੈਂ ਉਹਨਾਂ ਦੇ ਕਰਕੇ ਪੜ੍ਹੀਓ ਮੈਨੂੰ ਕਹਿੰਦੇ ਸੀ ਕਾਲਜ ਜਾ 22 ਦੇ ਵਿੱਚ ਆਪਣੀ ਐਮ ਐਸ ਸੀ ਦੀ ਡਿਗਰੀ ਕੰਪਲੀਟ ਕਰ ਲਈ ਸੀ ਤੇ ਉਸ ਤੋਂ ਬਾਅਦ ਹੁਣ ਮੈਂ ਐਮ ਏ ਪੰਜਾਬੀ ਕਰ ਰਹੀ ਹਾਂ ਜੀ ਆਮ ਤੌਰ ਤੇ ਤੇ ਤਾਂ ਹੁੰਦਾ ਕਿ ਜਿਹੜੇ ਲੋਕ ਜਿਆਦਾ ਇੰਟੈਲੀਜੈਂਟ ਹੁੰਦੇ ਨਾ ਉਹ ਜਿ ਰੁਕੇ ਦੇ ਇੰਟਰਵਿਊ ਸੁਣਦੇ ਆ ਬਾਅਦ ਚ ਉਹ ਕਹਿੰਦੇ ਕਿ ਸੋਸ਼ਲ ਮੀਡੀਆ ਤੋਂ ਜਿਵੇਂ 1 ਸਾਲ ਦੂਰ ਰਿਹਾ 2 ਸਾਲ ਦੂਰ ਰਿਹਾ ਤੁਸੀਂ ਨਾਲ ਨਾਲ ਹੀ ਚਲਾਈਏ ਚੱਲੇਗਾ ਕੰਮ ਦੇਖੋ ਟਾਈਮ ਮੈਨੇਜਮੈਂਟ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਮੈਂ ਸਕੂਲ ਟਾਈਮ ਦੇ ਵਿੱਚ ਹੀ 뮤직 ਦੀਆਂ ਕਲਾਸਾਂ ਲਗਾਉਂਦੀ ਰਹੀ ਮੈਂ ਉਸ ਤੋਂ ਬਾਅਦ ਗ੍ਰੈਜੂਏਸ਼ਨ ਚਾਹੇ ਮੇਰੀ ਪੋਸਟ ਗ੍ਰੈਜੂਏਸ਼ਨ ਸੀ ਪਹਿਲਾਂ ਮੈਂ ਕਾਲਜ ਸਟੱਡੀ ਕੀਤੀ ਉਸ ਦੇ ਨਾਲ ਮੈਂ 뮤직 ਦੀਆਂ ਕਲਾਸਿਸ ਕਾਲਜ ਤੋਂ ਆ ਕੇ ਲਗਾਉਂਦੀ ਰਹੀ ਆ ਨਾਲ ਨਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਆਪਣੀਆਂ ਸੋਸ਼ਲ ਐਕਟੀਵਿਟੀਆਂ ਵੀ ਹੋ ਜਾਂਦੀਆਂ ਸੀ ਸੋ ਹਰ ਇੱਕ ਚੀਜ਼ ਮੈਨੇਜ ਹੁੰਦੀ ਆ ਔਰ ਉਸ ਸਟ੍ਰੈਸ ਨੂੰ ਮੈਨੇਜ ਕਰਨ ਦੇ ਵਿੱਚ ਜੋ ਮੈਨੂੰ ਲੱਗਦਾ ਹੈ ਕਿ ਮੈਨੂੰ ਸਭ ਤੋਂ ਵੱਡੀ سپورਟ ਰਹੀ ਹੈ ਉਹ ਮੇਰੀ ਫੈਮਲੀ ਦੀ ਰਹੀ ਹੈ ਸਪੈਸ਼ਲੀ ਮੇਰੀ ਮੰਮੀ ਦੀ ਕਿਉਂਕਿ ਮੈਂ ਪਹਿਲਾਂ ਵੀ ਇੱਕ ਦੋ ਵਾਰ ਦੱਸਿਆ ਕਿ ਜਦੋਂ ਮੈਂ ਬਾਹਰ ਜਾਂਦੀ ਹੁੰਦੀ ਸੀ ਤਾਂ ਪਿੱਛੇ ਘਰ ਦਾ ਸਾਰਾ ਕੰਮ ਕਾਜ ਪਸ਼ੂਆਂ ਦਾ ਤੇ ਦਾਦਾ-ਦਾਦੀ ਜੀ ਨੂੰ ਉਹਨਾਂ ਨੇ ਵੇਖਣਾ ਕਿਉਂਕਿ ਉਹ ਬਿਮਾਰ ਸੀਗੇ ਸੋ ਫੈਮਲੀ ਦੀ سپورਟ ਔਰ ਟਾਈਮ ਮੈਨੇਜਮੈਂਟ ਤੁਹਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਸੋ ਜੇਕਰ ਤੁਸੀਂ ਹਰ ਇੱਕ ਚੀਜ਼ ਨੂੰ ਰੂਟੀਨ ਬਣਾ ਕੇ ਇੱਕ ਟਾਈਮ ਟੇਬਲ ਕ੍ਰੀਏਟ ਕਰਕੇ ਚੱਲਦੇ ਹੋ ਤਾਂ ਤੁਸੀਂ ਹਰ ਇੱਕ ਐਕਟੀਵਿਟੀ ਦੇ ਲਈ ਟਾਈਮ ਕੱਢ ਸਕਦੇ ਹੋ अच्छा नवजीत हुन त चलो ਤੁਹਾਡੇ ਕੋਲ ایکسپਰੀਅנס खासा ਹੋ ਗਿਆ ਕੇ ਸਪੀਚ ਵਗੈਰਾ ਕਿਦਾਂ ਕਰਨੀ ਆ ਚਲੋ ਜੇ ਬਿਨਾ ਪ੍ਰਿਪੇਅਰ ਹੋਏ ਵੀ ਚਲੇ ਜਾਓਗੇ ਤਾਂ ਵੀ ਗੱਲ ਸੰਭਾਲ ਲਓਗੇ ਪਹਿਲਾਂ ਪ੍ਰਿਪੇਅਰ ਕਰਕੇ ਕੋਣ ਦਿੰਦਾ ਸੀ ਆਪ ਹੀ ਕਰਦੇ ਸੀ ਘਰੋਂ ਕੋਈ ਫੈਮਿਲੀ ਚ ਕੋਈ ਸਪੋਰਟ ਕਰਦਾ ਨਹੀਂ ਮੈਂ ਹਰ ਇੱਕ ਵਿਅਕਤੀ ਦੀ ਇੱਕ ਅਲੱਗ ਥਿੰਕਿੰਗ ਹੁੰਦੀ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੀ ਪ੍ਰੈਪਰੇਸ਼ਨ ਹੁੰਦੀ ਆ ਉਹ ਤੁਹਾਡੇ ਲਈ ਬਹੁਤ ਜ਼ਰੂਰੀ ਆ ਪ੍ਰੈਪਰੇਸ਼ਨ ਤੁਹਾਡੀ ਸਪੀਚ ਨੂੰ ਚਾਹੇ ਆਪਾਂ ਸਪੀਚ ਡਿਲੀਵਰ ਕਰੀਏ ਜਾਂ ਆਪਾਂ ਪੇਪਰ ਲਿਖਣਾ ਹੈ ਹਨਾ ਤਾਂ ਉਹ ਬਹੁਤ ਇਫੈਕਟਿਵ ਬਣਾਉਂਦੀ ਆ ਤੁਸੀਂ ਜੇ ਪਹਿਲਾਂ ਪ੍ਰਿਪੇਅਰ ਕੀਤਾ ਤਾਂ ਤੁਸੀਂ ਇੱਕ ਵਧੀਆ ਐਗਜ਼ਾਮਪਲਸ ਐਡ ਕਰ ਸਕਦੇ ਹੋ ਜੋ ਮੈਨੂੰ ਕਈ ਵਾਰ ਇਹ ਲੱਗਦਾ ਮੈਂ ਬਹੁਤ ਵਾਰੀ ਐਟ ਅ ਟਾਈਮ ਸਟੇਜ ਤੇ ਸਪੀਚ ਕੀਤੀ ਆ ਤਾਂ ਉਹ ਮੈਨੂੰ ਲੱਗਦਾ ਉਹ ਐਗਜ਼ਾਮਪਲਸ ਜਾਂ ਉਹ ਪੋਇਮਸ ਕਿਉਂਕਿ ਇੱਕ ਪੋਇਮ ਉਹ ਹੁੰਦੀ ਆ ਜਿਹੜੀ ਤੁਹਾਨੂੰ ਯਾਦ ਕਰਨੀ ਪੈਂਦੀ ਉਹਨੂੰ ਰਿਦਮ ਕਿਉਂਕਿ ਸਪੀਚ ਦਾ ਤਾਂ ਇਹ ਹੁੰਦਾ ਆਪਾਂ ਕੋਈ ਵੀ ਲਾਈਨ ਐਡ ਕਰ ਸਕਦੇ ਆ ਤਾਂ ਪ੍ਰੈਪਰੇਸ਼ਨ ਜ਼ਰੂਰੀ ਆ ਔਰ ਪਹਿਲਾਂ ਪ੍ਰੈਪਰੇਸ਼ਨ ਦੀ ਜੇਕਰ ਮੈਂ ਗੱਲ ਕਰਾਂ ਮੈਂ ਖੁਦ ਵੀ ਲਿਖਦੀ ਸੀਗੀ ਮੈਂ ਸਕੂਲ ਦੇ ਵਿੱਚ ਪੇਪਰ ਰਾਈਟਿੰਗ ਕਰਦੀ ਰਹੀ ਆ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਮੈਨੂੰ ਸਪੋਰਟ ਕਰਦੀ ਸੀ ਔਰ ਸਭ ਤੋਂ ਵੱਡੀ ਸਪੋਰਟ ਮੈਨੂੰ ਰਹੀ سوشل میڈیا ਦੀ ਜਿਹੜੇ ਢਿੱਲੀ ਕੋਈ ਨਾ ਕੋਈ ਬਹੁਤ ਸਾਰੇ ਮੇਰੇ ਭਰਾ ਨੇ ਪੈਣਾ ਨੇ ਜਿਹੜੇ ਬਹੁਤ ਸੋਣਾ ਲਿਖਦੇ ਨੇ ਤਾਂ ਉਹ ਢਿੱਲੀ ਕੋਈ ਨਾ ਕੋਈ ਆਪਣੇ ਵਿਚਾਰ ਲਿਖ ਕੇ سوشل میڈیا ਤੇ ਪੋਸਟ ਕਰਦੇ ਸੀ ਤਾਂ ਮੈਂ ਉਹਨਾਂ ਦੇ ਥਾਟਸ ਨੂੰ ਯੂਜ਼ ਕਰਦੀ ਸੀਗੀ ਇੱਕ ਆਪਣੀ ਸਪੀਚ ਦੇ ਵਿੱਚ ਫਿੱਟ ਕਰਦੀ ਸੀ ਜਾਂ ਜਦੋਂ ਕਿਤੇ ਵੀ ਬੋਲਣ ਜਾਣਾ ਤਾਂ ਮੈਨੂੰ ਲੋਕਾਂ ਨੇ ਆ ਕੇ ਇਹ ਲ ਕਹਿਣੀ ਕਿ ਸਾਡੇ ਮਨ ਦੇ ਵਿੱਚ ਇਹ ਗੱਲਾਂ ਨੇ ਤੁਸੀਂ ਆਪਣੀ ਅਗਲੀ ਸਪੀਚ ਦੇ ਵਿੱਚ ਇਹ ਗੱਲਾਂ ਐਡ ਕਰਨ ਦੀ ਕੋਸ਼ਿਸ਼ ਕਰਿਓ ਤਾਂ ਜੋ ਚੀਜ਼ਾਂ ਧਿਆਨ ਦੇ ਵਿੱਚ ਰਹਿ ਜਾਣੀਆਂ ਉਹਨਾਂ ਵੱਲੋਂ ਦੱਸੇ ਹੋਏ ਟੌਪਿਕ ਮੁੱਦੇਆਂ ਕੁਝ ਕ ਕਹਾਵਤਾਂ ਜਾਂ ਉਹਨਾਂ ਦੀਆਂ ਕੁਝ ਕ ਲਿਖਤਾਂ ਸੋ ਮੈਂ ਉਹਨਾਂ ਨੂੰ ਵੀ ਐਡ ਕਰਨ ਦੀ ਕੋਸ਼ਿਸ਼ ਕਰਦੀ ਸੋ ਮੇਰੀ ਅੱਧ ਤੋਂ ਵੱਧ ਸਪੀਚ ਤਾਂ ਪੰਜਾਬ ਦੀ ਆਵਾਮ ਹੀ ਲਿਖ ਦਿੰਦੀ ਸੀਗੀ ਅੱਛਾ ਉੱਥੋਂ ਹੀ ਸੋਸ਼ਲ ਮੀਡੀਆ ਤੋਂ ਇਧਰੋਂ ਉਧਰੋਂ ਇਧਰ ਚੀਜ਼ਾਂ ਨੇ ਉਹ ਬਾਕੀ ਕਿਤਾਬਾਂ ਬਹੁਤ ਵੱਡਾ ਸੋਰਸ ਹੁੰਦੀਆਂ ਨੇ ਤੁਹਾਡੇ ਲਈ ਮੈਂ ਕਿਤਾਬਾਂ ਪੜਦੀ ਰਹੀਆਂ ਮੈਂ ਜਿਸ ਤਰ੍ਹਾਂ ਆਪਣੇ YouTube ਤੇ ਹਿਸਟਰੀ ਦੇ ਬਾਰੇ ਲੈਕਚਰ ਹੁੰਦੇ ਨੇ ਛੋਟੇ-ਛੋਟੇ 10-10 15-15 ਮਿੰਟ ਦੇ ਉਹਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰਦੀ ਆ ਅੱਛਾ ਇੱਕ ਤੁਸੀਂ ਐਜ਼ ਅ ਆਰਟਿਸਟ ਜਿਹੜਾ ਤੁਸੀਂ ਕਹਿੰਦੇ ਕਿ ਬਈ ਮੈਂ ਅੱਗੇ ਜਾਣਾ ਨਾ ਤਾਂ ਆਰਟਿਸਟ ਚਲੋ ਠੀਕ ਆ ਕਿ ਇੱਕ ਵਾਰ ਤੇ ਚਲੋ ਪੇਂਡ ਚ ਬੈਠੇ ਹੋਏ ਹੋਗੇ ਕਈ ਵਾਰੀ ਸੁਪਨਾ ਹੁੰਦਾ ਕੇ ਆਰ ਮੈਂ ਜਾ ਕੇ ਚੰਡੀਗੜ੍ਹ ਮੁਹਾਲੀ ਕਿਤੇ ਕੋਈ ਕੋਠੀ ਫਲੈਟ ਲੈਣਾ ਉੱਥੇ ਰਹਿਣਾ ਜਾ ਕੇ ਜਾਂ ਕੋਈ ਬਾਹਰ ਦਾ ਸੁਪਨਾ ਕਿੱਥੇ ਫਾਈਨਲੀ ਹੁੰਦਾ ਨਾ ਕੋਈ ਚੀਜ਼ਾਂ ਕੋਈ ਚੀਜ਼ਾਂ ਕੇ ਯਾਰ ਫਾਈਨਲੀ ਉੱਥੇ ਸੈਟ ਅਪ ਜਿਹੜਾ ਮੈਂ ਕਰਨਾ ਹੀ ਕਰਨਾ ਤਾਂ ਕਿੱਥੇ ਨਵਜੂਦ ਕਰਨੇ ਕਿੱਥੇ ਜਾ ਕੇ ਸੈਟ ਅਪ ਕਰਨਾ ਨਹੀਂ ਹਲੇ ਤੱਕ ਤਾਂ ਦੇਖੋ ਮੈਂ ਆਪਣੇ ਪਿੰਡ ਹੀ ਰਹਿ ਰਹੀ ਹਾਂ ਕਿਉਂਕਿ ਮੈਂ ਡੱਬ ਵਾਲੀ 뮤직 ਦੀਆਂ ਕਲਾਸਿਸ ਲਗਾ ਰਹੀ ਹਾਂ ਪਰ ਜਦੋਂ ਵੀ ਗਾਣੇ ਦੀ ਰਿਕਾਰਡਿੰਗ ਦਾ ਹੁੰਦਾ ਤਾਂ ਆਪਾਂ ਵਿਜ਼ਿਟ ਕਰ ਲਈਦਾ ਜਿੱਦਾਂ ਪਹਿਲਾਂ ਚੰਡੀਗੜ੍ਹ ਕਰਵਾਇਆ ਸੀਗਾ ਰਿਕਾਰਡ ਗਾਣਾ ਤੇ ਹੁਣ ਪਟਿਆਲੇ ਕਰਵਾ ਕੀਤਾ ਤਾਂ ਉਹ ਉਹਦੇ ਅਕੋਰਡਿੰਗ ਹੋ ਜਾਂਦਾ ਵਿਜ਼ਿਟ ਪਰ ਫਿਲਹਾਲ ਮਨ ਦੇ ਵਿੱਚ ਇਹੀ ਹੈ ਕਿ ਆਪਾਂ ਪਿੰਡ ਹੀ ਰਹਿਣਾ ਬਾਈ ਸਿੱਧੂ ਮੂਸੇਵਾਲਾ ਵੀ ਤਾਂ ਆਪਣੇ ਪਿੰਡ ਹੀ ਰਹਿੰਦੇ ਸੀਗੇ ਸੋ ਉਹਨਾਂ ਨੇ ਦੇਖੋ ਤੁਸੀਂ ਆਪਣਾ ਪਿੰਡ ਕਿੰਨਾ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਕਰਤਾ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਲੋਕ ਆ ਕੇ ਇਹ ਕਹਿੰਦੇ ਨੇ ਕਿ ਅਸੀਂ ਮੂਸੇ ਜਾ ਕੇ ਆਉਣਾ ਤਾਂ ਇਹੀ ਹੈ ਕਿ ਆਪਾਂ ਉਹਨਾਂ ਦੀ ਇਸ ਗੱਲ ਨੂੰ ਫੋਲੋ ਕਰੀਏ ਆਪਣੇ ਪਿੰਡਾਂ ਨੂੰ ਕਿਸੇ ਵੀ ਪੱਖ ਤੋਂ ਪਿੱਛੇ ਨਾ ਰਹਿਣ ਦਈਏ ਜੋ ਸਾਡੀ ਜਨਮ ਭੂਮੀ ਨੇ ਜਿੱਥੇ ਅਸੀਂ ਖੇਡੇ ਆਂ ਜਿੱਥੇ ਅਸੀਂ ਪੜ੍ਹੇ ਆਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਪਿਆਰ ਉਸ ਮਿੱਟੀ ਨੂੰ ਦਈਏ ਅੱਛਾ ਪਹਿਲ ਉਸ ਮਿੱਟੀ ਨੂੰ ਦਈਏ ਬਾਕੀ ਦੀ ਗੱਲਾਂ ਬਾਅਦ ਚ ਜੀ ਅਜਿਹਾ ਠੀਕ ਹੈ ਮਤਲਬ ਜ਼ਿਆਦਾਤਰ ਆ ਜਿਹੜਾ ਉਹ ਪਿੰਡ ਵਾਲੇ ਪਾਸੇ ਇਧਰ ਹੀ ਰਹਿੰਦੇ ਨੇ ਜੀ ਜੀ ਬਿਲਕੁਲ ਹਾਂ ਹਲੇ ਫਿਲਹਾਲ ਇਹੀ ਹੈ ਕਿ ਆਪਾਂ ਪਿੰਡ ਦੇ ਵਿੱਚ ਹੀ ਰਹਿਣਾ ਹੈ ਜੀ ਠੀਕ ਹੈ ਜੀ ਬਾਕੀ ਉਦੋਂ ਸਮੇਂ ਦੇ ਅਨੁਸਾਰ ਹੀ ਨਹੀਂ ਪਤਾ ਨਾ ਕਿ ਕੀ ਸਥਿਤੀਆਂ ਹੁੰਦੀਆਂ ਨੇ ਆ ਪੱਤੇ ਤੁਸੀਂ ਰੱਖ ਲੈਨੇ ਥੋੜੇ ਜੇ ਕਿ ਬਈ ਬਾਅਦ ਦੇ ਵਿੱਚ ਕੱਲ ਨੂੰ ਕਿਤੇ ਕੋਈ ਗੱਲ ਨਹੀਂ ਵੀ ਨਹੀਂ ਹੁੰਦਾ ਨਾ ਕਿ ਜਿਹੜਾ ਫਿਊਚਰ ਆ ਉਹ ਅਨਪ੍ਰੇਡਿਕਟੇਬਲ ਹੁੰਦਾ ਆਪਾਂ ਕੁਝ ਵੀ ਸੋਚ ਨਹੀਂ ਸਕਦੇਗੇ ਤੁਸੀਂ ਖੁਦ ਹੀ ਦੇਖ ਲਓ ਪਹਿਲਾਂ ਤੁਸੀਂ ਮੇਰੀ ਘਰ ਜਾ ਕੇ ਇੰਟਰਵਿਊ ਕਰਕੇ ਆਉਂਦੇ ਹੁੰਦੇ ਸੀਗੇ ਅੱਜ ਤੁਸੀਂ ਮੈਨੂੰ ਸਟੂਡੀਓ ਇਹਨੂੰ ਹਾਈਟ ਕਰ ਲਿਆ ਮੈਨੂੰ ਕੀ ਪਤਾ ਸੀ ਤੁਸੀਂ ਮੈਨੂੰ ਸਟੂਡੀਓ ਚ ਸੱਦੋਗੇ अच्छा चलो ये ठीक है वही गलत पहला ਤੁਹਾਡਾ ਵੀ ਘਰੇ ਸਟੂਡੀਓ ਹੁੰਦਾ ਸੀਗਾ ਜਿੱਥੇ ਤੁਸੀਂ ਸਾਰਾ ਐਡੀਟਿੰਗ ਵਗੈਰਾ ਦਾ ਕਰਦੇ ਸੀ ਹੁਣ ਅੱਜ ਵੀ ਤੁਸੀਂ ਇੱਕ ਸ਼ਹਿਰ ਦੇ ਵਿੱਚ ਬੈਠੇ ਹੋ ਨਹੀਂ ਨਹੀਂ ਮੈਂ ਤਾਂ ਘਰੇ ਤੋਂ ਘਰ ਤੋਂ ਵੀ ਕੰਮ ਕਰ ਲਈਦਾ ਉਹ ਗੱਲ ਨਹੀਂ ਹੈਗਾ ਸੋ ਇਹ ਹੁੰਦਾ ਹਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਜਿੱਥੇ ਵੀ ਆਪਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੇਰੇ ਕੰਮ ਕਾਜ ਦੇ ਲਈ इजीली ਹੋ ਸਕਦਾ ਹੈ ट्रैवलिंग इजी ਹੋ ਸਕਦੀ ਹੈ ਸੋ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪ ਪothe ਜਾ ਕੇ ਰਹੀਏ ਸੋ ਇਹ ਦੇਖਦੇ ਹਾਂ ਬਾਅਦ ਦੇ ਵਿੱਚ ਕੀ ਬੰਦਦਾ ਅੱਛਾ ਠੀਕ ਹੈ ਸਰਕਾਰ ਵਾਲੇ ਜਿਹੜੇ ਪੁਰਾਣੇ ਲੀਡਰ ਨੇਗੇ ਪਾ ਪੁਰਾਣੇ ਤੋਂ ਪਾ ਮੈਂ ਕਹਿ ਰਿਹਾ ਕਿ ਜਿਹੜੇ ਪਹਿਲਾਂ ਦੇ ਜਾਣੂ ਨੇਗੇ ਅੱਜ ਕੱਲ ਸਰਕਾਰ ਜਨੇ ਉਹਨਾਂ ਦੇ ਫੋਨ ਫੋਨ ਆਏ ਤੇ ਗੱਲਾਂ ਬਾਤਾਂ ਹੋਈਆਂ ਦੀਆਂ ਨੇ ਦੇਖੋ ਕਦੇ ਕਦਾਈ ਕੁਝ ਮੈਂ ਨਾ ਨਹੀਂ ਜੇ ਨਾਮ ਤੁਸੀਂ ਜ਼ਿਕਰ ਕਰਨਾ ਕਿਹਾ ਤਾਂ ਕਰ ਸਕਦਾ ਨਹੀਂ ਨਹੀ ਨਾਮ ਜ਼ਿਕਰ ਕਰਨ ਦੀ ਵੀ ਕੋਈ ਐਡਾ ਮੈਨੂੰ ਡਰ ਨਹੀਂ ਹੈਗਾ ਪਰ ਉਹਨਾਂ ਦੇ ਵਿੱਚੋਂ ਕੁਝ ਕਲੀਅਰ ਹੈਗੇ ਨੇ ਜਿਨ੍ਹਾਂ ਦੇ ਨਾਲ ਅੱਜ ਵੀ ਮੇਰਾ ਬਹੁਤ ਵਧੀਆ ਰਿਲੇਸ਼ਨ ਹੈ ਉਹ ਮੈਨੂੰ ਅਕਸਰ ਫੋਨ ਕਾਲ ਕਰਦੇ ਰਹਿੰਦੇ ਨੇ ਹਾਲਚਲ ਪੁੱਛਦੇ ਰਹਿੰਦੇ ਨੇ ਬਰਥਡੇ ਵਿਸ਼ੀਜ਼ ਦਿੰਦੇ ਰਹਿੰਦੇ ਨੇ ਸੋ ਕੁਝ ਕਦੇ ਨਾਲ ਬੜਾ ਵਧੀਆ ਰਾਬਤਾ ਹੈ ਉਹਨਾਂ ਨੇ ਮੇਰੇ Song ਨੂੰ ਸੁਣਿਆ ਵੀ ਮੈਨੂੰ ਬੈਸਟ ਵਿਸ਼ੀਜ਼ ਵੀ ਦਿੱਤੀਆਂ ਸਿਰਫ ਆਮ ਆਦਮੀ ਪਾਰਟੀ ਦੇ ਨਹੀਂ ਕਾਂਗਰਸ ਦੇ ਅਕਾਲੀ ਦਲ ਦੇ ਮਤਲਬ ਹਰ ਇੱਕ ਪਾਰਟੀ ਦੇ ਲੀਡਰ ਜਿਨ੍ਹਾਂ ਨੇ ਮੈਨੂੰ ਸੁਣਿਆ ਅਸ਼ੀਰਵਾਦ ਦਿੱਤਾ ਔਰ ਬਲੇਸਿੰਗਸ ਦਿੱਤੀਆਂ ਅਗਲੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਦੇ ਲਈ ਪਰ ਮੈਨੂੰ ਖੁਸ਼ੀ ਹੋਈ ਕਿ ਚਲੋ ਪੰਜਾਬ ਦੇ ਸਾਰੇ ਲੀਡਰਾਂ ਦੇ ਧਿਆਨ ਦੇ ਵਿੱਚ ਸੀਗਾ ਵੀ ਨਵਜੋਤ ਤਾਂ ਗਾਣਾ ਆ ਰਿਹਾ ਫੇ ਕਰੀ ਸੁਣ ਕੇ ਤਾਂ ਵੇਖੀਏ ਇਹ ਇਹ ਗੱਲ ਹੈ ਤੇ ਉਸ ਤੋਂ ਇਲਾਵਾ ਹੋਰ ਲੀਡਰਾਂ ਦੇ ਫੋਨ ਫੋਨ ਆਏ ਬਥੇਰੇ ਮਤਲਬ ਸਰਕਾਰ ਵਾਲੇ ਤੇ ਚਲੋ ਉਹਨਾਂ ਨਾਲ ਤੁਸੀਂ ਕੰਮ ਕਾਈ ਕਰਦੇ ਰਹੇ ਹੋ ਜੀ ਜੀ ਨਹੀਂ ਨਹੀਂ ਹਰ ਇੱਕ ਪਾਰਟੀ ਦੇ ਲੀਡਰਾਂ ਵੱਲੋਂ अच्छा हर एक पार्टी ਦੇ ਵਿੱਚ ਇਹ ਹੋ ਰਿਹਾ ਹੈ ਜੀ ਜੀ ਤਾਂ ਹੁਣ ਰਿਸ਼ਤੇਦਾਰ ਕੀ ਕਹਿੰਦੇ ਐ ਵੀ ਨਵਜੋਦ ਕੋਰਨੇ ਲੀਡਰੀ ਛੱਡ ਕੇ ਉਹਨਾਂ ਦਾ ਜਦੋਂ ਦਾ ਗਾਣਾ ਕੱਢਿਆ ਤਾਂ ਫਿਰ ਉਹ ਇਸ ਤਰ੍ਹਾਂ ਦੇ ਕੀ ਟਿੱਪਣਗਾ ਨਹੀਂ ਰਿਸ਼ਤੇਦਾਰਾਂ ਨੇ ਬੜਾ ਸਪੋਰਟ ਕੀਤਾ ਕਿ ਕਈ ਹੁੰਦੇ ਐ ਨਾ ਥੋੜਾ ਜਿਹਾ ਵੀ ਮੈਂ ਗਾਲ ਥੋੜਾ ਜਿਹਾ ਚਬੋ ਕੇ ਵੀ ਕਹਿ ਦਿੰਦੇ ਐ ਜਾਂ ਕੁਝ ਇਸ ਤਰ੍ਹਾਂ ਦੇ ਨਾ ਤਾਂ ਨਹੀਂ ਪਰ ਹਲੇ ਤੱਕ ਮੈਨੂੰ ਉਹਨਾਂ ਦੇ ਰਿਸ਼ਤੇਦਾਰ ਨਹੀਂ ਮਿਲੇਗੇ ਰਿਸ਼ਤੇਦਾਰਾਂ ਨੇ ਬੜਾ ਸਪੋਰਟ ਕੀਤਾ ਮੇਰੇ ਇਸ ਪ੍ਰੋਜੈਕਟ ਨੂੰ ਲੈ ਕੇ ਬੜਾ ਉਹਨਾਂ ਨੇ ਸ਼ੇਅਰ ਕੀਤਾ ਸੋ ਮੈਨੂੰ ਫੋਨ ਕਰ ਕਰਕੇ ਦੱਸਣਾ ਕਿ ਅਸੀਂ ਤੇਰਾ ਗਾਣਾ ਆਪਣੇ ਵੀ ਅੱਗੇ ਸਾਰੇ ਰਿਸ਼ਤੇਦਾਰਾਂ ਨੂੰ ਪਾਤਾ ਤੇ ਪੂਰਾ ਮੈਨੂੰ ਦੱਸਣਾ ਇੰਨੇ ਵ ਹੋਗੇ ਤੇਰੇ ਗਾਣੇ ਤੇ ਕਈ ਵਾਰ ਮੈਨੂੰ ਨਹੀਂ ਧਿਆਨ ਦੇ ਵਿੱਚ ਰੱਖਣਾ ਸੀ ਸੋ ਬੜਾ ਵਧੀਆ ਰਿਸਪੌਂਸ ਬੜਾ ਵਧੀਆ ਪਿਆਰ ਕਿਉਂਕਿ ਇਹ ਸਾਡੇ ਵੱਡੇ-ਵਡੇਰਿਆਂ ਦਾ ਅਸ਼ੀਰਵਾਦ ਹੀ ਹੁੰਦਾ ਜਿਹਦੇ ਕਰਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦੇ ਹਾਂ ਸੋ ਚਾਹੇ ਨੇੜੇ ਦੇ ਰਿਸ਼ਤੇਦਾਰ ਚਾਹੇ ਦੂਰ ਦੇ ਰਿਸ਼ਤੇਦਾਰ ਉਹ ਰਿਸ਼ਤੇਦਾਰ ਵੀ ਜਿਨ੍ਹਾਂ ਨੂੰ ਮੈਂ ਸ਼ਾਇਦ ਬੜੀ ਦੂਰ ਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਮਿਲੀ ਵੀ ਨਹੀਂਗੇ ਸਿਰਫ ਸੁਣਿਆ ਹੀ ਉਹਨਾਂ ਦੇ ਬਾਰੇ ਉਹਨਾਂ ਨੇ ਵੀ ਫੋਨ ਕਰਕੇ ਤੇ ਮੈਨੂੰ ਵਧਾਈਆਂ ਦਿੱਤੀਆਂ ਔਰ ਹਰ ਰੋਜ਼ ਮੈਨੂੰ ਲੱਗਦਾ ਕਿੰਨੇ ਹੀ ਰਿਸ਼ਤੇਦਾਰਾਂ ਦੇ ਵਧਾਈਆਂ ਦੇਣ ਦੇ ਲਈ ਹੀ ਫੋਨ ਆਉਂਦੇ ਨੇ अच्छा दिमाग ਦੇ ਵਿੱਚ ਕੀ ਸੀਗਾ ਵੀਊ ਨੂੰ ਲੈ ਕੇ ਕਿ ਬਾਈ ਜਿਵੇਂ ਥੋੜੇ ਥੋੜੇ ਟਾਈਮ ਬਾਅਦ ਚੈੱਕ ਕਰਨਾ ਜਾਂ ਕੀ ਕੀ ਕਰਦੇ ਸੀਗੇ ਤੁਸੀਂ ਨਹੀਂ ਮੈਂ ਨਹੀਂ ਮੈਂ ਸੱਚ ਬੋਲਦੀ ਹਾਂ ਮੈਂ ਨਹੀਂ ਚੈੱਕ ਕਰਦੀ ਸੀ ਕਿਉਂਕਿ ਮੈਂ ਸਭ ਕੁਝ ਪੰਜਾਬ ਦੀ ਆਵਾਮ ਤੇ ਪਰਮਾਤਮਾ ਤੇ ਛੱਡਿਆ ਹੋਇਆ ਸੀ ਕਿਉਂਕਿ ਇੱਕ ਉਮੀਦ ਲੈ ਕੇ ਚੱਲੇ ਸੀਗੇ ਕਿ ਸਭ ਕੁਝ ਵਧੀਆ ਹੀ ਹੋਊਗਾ ਇੱਕ ਹੁੰਦਾ ਨਾ ਕਿ ਵੀ ਤੁਸੀਂ ਜੋ ਸੋਚੋਗੇ ਉਹ ਹੁੰਦਾ ਹੈ ਤੇ ਬੜਾ ਵਧੀਆ ਰਿਸਪਾਂਸ ਲੋਕਾਂ ਵੱਲੋਂ ਰਿਹਾ ਕਿਉਂਕਿ ਇੱਕ ਜ਼ੀਰੋ ਤੋਂ ਸ਼ੁਰੂ ਹੋਇਆ ਚੈਨਲ ਤੇ ਉਹਨੂੰ ਅੱਜ ਮੈਨੂੰ ਲੱਗਦਾ ਮੇਰਾ ਗਾਣਾ ਜ ਲਗਭਗ 15 ਲੱਖ ਦੇ ਕਰੀਬ ਜਿਹੜੇ ਉਹਨੂੰ ਵਿਊਜ਼ ਹੋ ਗਏ ਨੇ ਸੋ ਮੇਰੇ ਲਈ ਇਹ ਹੀ ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਤਾ ਫੀਲਡ ਚੇਂਜ ਕੀਤਾ ਸਡਨਲੀ ਔਰ ਲੋਕਾਂ ਨੇ ਬੜਾ ਸਾਥ ਦਿੱਤਾ ਸੋ ਅੱਗੇ ਮੈਨੂੰ ਲੱਗਦਾ ਹੈ ਕਿ ਜਿਹੜੇ ਆਉਣ ਵਾਲੇ ਪ੍ਰੋਜੈਕਟ ਹੋਣਗੇ ਉਹਨਾਂ ਤੇ ਲੋਕ ਹੋਰ ਜ਼ਿਆਦਾ ਸਾਥ ਦੇਣਗੇ ਜੀ ਜੀ ਤੇ ਇੱਕ ਆਪਣੇ ਸਵਾਲ ਹੋਰ ਆਪਣੇ ਆਮ ਹੀ ਚੱਲ ਜਾਂਦਾ ਪਿੰਡਾਂ 'ਚ ਕਿ ਭਾਈ ਹੁਣ ਅੱਗੇ ਕੀ ਬਣੂ 2024 ਚ ਆ ਕੇ ਹੈਨਾ ਜੀ ਵੀ ਯਾਰ ਸਰਕਾਰ ਕਿਦੀ ਆਊ ਕਿਦੀ ਨਹੀਂ ਬਣੂ ਪੰਜਾਬ 'ਚ ਹੁਣ ਜਿੱਤੂ ਕੌਣ ਹਾਰੂਗਾ ਤੇ ਨਵਜੂਦ ਕੋਰ ਲੰਬੀ ਕੀ ਸੋਚਦੀ ਹੈ ਜਦੋਂ ਕਿਤੇ ਗੱਲਾਂ ਗੁੱਲਾਂ ਹੁੰਦੀਆਂ ਨੇ ਜਾਂ ਕੀ ਆ ਜਾਂ ਘਰ ਦੇ ਕੀ ਕਹਿੰਦੇ ਆਸੇ ਪਾਸੇ ਵਾਲੇ ਹੋਰ ਬਿੱਤਰ ਕੀ ਜਿੰਦਗੀ ਕਹਿੰਦੇ ਇਹ ਇੱਕ ਤਾਂ ਇਹ ਹੈ ਕਿ ਮੈਂ ਜਿਸ ਤਰ੍ਹਾਂ ਹੁਣ ਆਪਣੇ ਗਾਣੇ ਨੂੰ ਲੈ ਕੇ ਔਰ ਸਟੱਡੀ ਨੂੰ ਲੈ ਕੇ ਬਹੁਤ ਜ਼ਿਆਦਾ ਬਿਜ਼ੀ ਰਹੀ ਬਿਜ਼ੀ ਰਹੀ ਤਾਂ ਮੈਨੂੰ ਮਤਲਬ ਨਿਊਜ਼ ਵੇਖਣ ਦਾ ਇੰਨਾ ਜ਼ਿਆਦਾ ਮੌਕਾ ਹੀ ਨਹੀਂ ਮਿਲਿਆ ਪਰ ਜਿੰਨਾ ਕਿ ਵੀ ਮੈਂ ਇਸ ਚੀਜ਼ ਬਾਰੇ ਸੋਚਦੀ ਪਹਿਲਾਂ ਤਾਂ ਮੈਂ ਵੀ ਇਹੀ ਪੁੱਛਦੀ ਹੁੰਨੀ ਆ ਸ਼ਾਇਦ ਮੈਂ ਆਫਟਰ ਇੰਟਰਵਿਊ ਤੁਹਾਡੇ ਨਾਲ ਇਹੀ ਪੁੱਛਣਾ ਸੀ ਵੀ 24 ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਤੁਸੀਂ ਤਾਂ ਵਿਚਰਦੇ ਰਹਿੰਦੇ ਹੋ ਹਨਾ ਤੇ ਉਹਦੇ ਵਿੱਚ ਇਹ ਹੋਊਗਾ ਕਿਉਂਕਿ ਇੱਕ ਤਾਂ ਏ ਨਹੀਂ ਪਤਾ ਕਿ ਕਿਹਦਾ ਗਠਬੰਧਨ ਕਿਹਦੇ ਨਾਲ ਹੋਣਾ ਕਿਉਂਕਿ ਉਹ ਇੱਕ ਕੌਂਟਰੋਵਰਸ਼ੀਅਲ ਟੌਪਿਕ ਬਣਿਆ ਹੋਇਆ ਹਨਾ ਆਪਾਂ ਨਿਊਜ਼ 'ਚ ਵੇਖਦੇ ਆ ਤਾਂ ਫਿਲਹਾਲ ਚਾਰ ਪਾਰਟੀਆਂ ਨੇ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਤੇ ਭਾਜਪਾ ਉਹਦੇ ਵਿੱਚ ਲੋਕਾਂ ਨੇ ਇਹ ਵੀ ਦੇਖਣਾ ਕਿ ਕਿਹੜੀਆਂ ਗੱਲਾਂ ਤੇ ਤਾਂ ਲੋਕ ਉਹਨਾਂ ਦੇ ਅਗੇਂਸਟ ਨੇ ਤੇ ਕਿਹੜੀਆਂ ਗੱਲਾਂ ਤੇ ਮੈਨੂੰ ਲੱਗਦਾ ਉਹਨਾਂ ਦੇ ਫੇਵਰ ਦੇ ਵਿੱਚ ਨੇ ਸੋ ਸਾਰੀ ਪੋਲਿਟਿਕ ਸਿਕ ਰਲੀ ਮਿਲੀ ਪੋਲਿਟਿਕਸ ਹੋਈ ਪਈ ਆ ਉਸ ਦੇ ਨਾਲ ਕੁਝ ਆਜ਼ਾਦ ਉਮੀਦਵਾਰ ਵੀ ਹੋਣਗੇ ਸੋ ਮੈਨੂੰ ਲੱਗਦਾ ਇਹ ਇਲੈਕਸ਼ਨ ਬੜਾ ਕੁਝ ਸਮਝ ਨਹੀਂ ਆ ਰਿਹਾਗਾ ਕਿ ਪੰਜਾਬ ਦੇ ਵਿੱਚ ਕੀ ਬਣੇਗਾ ਕਿਉਂਕਿ ਕਿਸਾਨੀ ਅੰਦੋਲਨ ਨੇ ਬੜਾ ਨੁਕਸਾਨ ਕੀਤਾ ਤੇ ਹੋਰ ਜਿਸ ਤਰ੍ਹਾਂ ਨਸ਼ੇ ਦਾ ਮੁੱਦਾ ਹੈਗਾ ਪੰਜਾਬ ਦੀ ਨੌਜਵਾਨੀ ਦੇ ਮੁੱਦੇ ਨੇ ਸੋ ਹਲੇ ਮੈਂ ਵੀ ਇਸ ਬਾਬਤ ਕੋਈ ਤੁਹਾਨੂੰ ਜਵਾਬ ਨਹੀਂ ਦੇ ਸਕਦੀ ਬਾਕੀ ਪੰਜਾਬ ਦੇ ਲੋਕ ਦੱਸ ਹੀ ਦੇਣਗੇ ਮੈਂ ਸੁਣਿਆ ਅਪ੍ਰੈਲ ਦੇ ਵਿੱਚ ਸ਼ਾਇਦ ਇਲੈਕਸ਼ਨ ਨੇ ਤੇ ਕਲੀਅਰ ਹੋ ਜਾਏਗਾ ਲੋਕੀ ਤਰਦਾਸੀ ਦੇਣਾ ਹੈ ਕਿਉਂਕਿ ਬਦਲੀਆਂ ਹੋ ਗਈਆਂ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਲਗਭਗ ਤੇ ਸ਼ਾਇਦ 16 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਕਹਿੰਦੇ ਸੀਗੇ ਕਿ ਇਲੈਕਸ਼ਨ ਕਰਵਾ ਦੇਣੇ ਨੇ ਲੱਗ ਜਾਏਗਾ ਪਤਾ ਕੀ ਬੰਦ ਹੈ ਅੱਛਾ ਨਵਜੂਤ ਮੇਰਾ ਅਖੀਲਾ ਸਵਾਲ ਹੈ ਤੁਹਾਨੂੰ ਕਿ ਹੁਣ ਤਾਂ ਚਲੋ ਸੀਏ ਇੱਕ ਆਰਟਿਸਟ ਦੇ ਤੌਰ ਤੇ ਵੀ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਤਾਂ ਹੁਣ ਅੱਗੇ ਜਾਓਗੇ ਕਿਸੇ ਲਈ ਪ੍ਰਚਾਰ ਵਗੈਰਾ ਕਰਨ ਕਿਸੇ ਕੋਈ ਹੋਰ ਸੱਜਣ ਮਿੱਤਰ ਕੋਈ ਜਾਣਕਾਰ ਨੇੜੂ ਆ 2024 ਦੀਆਂ ਇਲੈਕਸ਼ਨਾਂ ਕਿ ਨਹੀਂ ਜਾਣਦੇ ਨਹੀਂ ਹਲੇ ਮੇਰਾ ਕੋਈ ਪਲਾਨ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮਿਊਜ਼ਿਕ ਔਰ ਸਟੱਡੀ ਇਹਨਾਂ ਦੋ ਚੀਜ਼ਾਂ ਤੇ ਹੀ ਫੋਕਸ ਹੈ ਆਪਣੇ ਪ੍ਰੋਜੈਕਟਸ ਲੋਕਾਂ ਸਾਹਮਣੇ ਪੇਸ਼ ਕਰੀਏ ਤੇ ਲੋਕ ਉਹਨਾਂ ਨੂੰ ਜ਼ਰੂਰ ਪਸੰਦ ਕਰਨ ਕਿਉਂਕਿ ਇੱਕ ਫੀਲਡ ਚੇਂਜ ਕੀਤਾ ਤੁਹਾਨੂੰ ਮਿਹਨਤ ਕਰਨ ਦੀ ਬਹੁਤ ਜ਼ਰੂਰਤ ਹੈ ਇਸ ਨਵੇਂ ਫੀਲਡ ਦੇ ਵਿੱਚ ਬਾਕੀ ਕੁਝ ਕੋ ਹੋਰ ਪਲੈਨਿੰਗਸ ਨੇ ਸੋਣਾਂ ਤੇ ਕੰਮ ਚੱਲ ਰਿਹਾ ਹੈ ਕਿਹੜੀਆਂ ਪਲੈਨਿੰਗਸ ਨੇ ਕੁਝ ਸਾਂਝੇ ਕਰੋ ਕੁਝ ਕੁ ਪੱਤੇ ਵੀ ਹੁੰ अच्छा पत्ते हो ठीक है ठीक है चलो ठीक है नवजोत फिर जी बाह जी ਤੇ ਉਮੀਦ ਕਰਦੇ ਆਂ ਬਾਈ ਉਹ ਪੱਤੇ ਹੋਣ ਵਾਲੇ ਟਾਈਮ 'ਚ ਖੋਲਿਓ ਤੇ ਦਵਾਮਾ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੇ ਆਈ ਵਰਲਡ ਟੀਵੀ ਦੇਖ ਰਹੇ ਸਾਰੇ ਹੀ ਭੈਣਾ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਨਵਜੋਤ ਧੰਨਵਾਦ ਤੁਹਾਡਾ ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ ਤਾਂ ਦੁਬਾਰਾ ਨਵੇਂ ਐਪੀਸੋਡ 'ਚ ਫੇਰ ਜੁੜਾਂਗੇ ਸਾਰਿਆਂ ਨੇ ਦੁਬਾਰਾ ਫੇਰ ਤੋਂ ਸਤਿ ਸ੍ਰੀ ਅਕਾਲ